ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਸਭ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵੀਨ ਸ਼ਰਮਾ। ਅੱਜ ਅਸੀਂ ਜਿਸ ਟੌਪਿਕ ਤੇ ਜਿਸ ਮੁੱਦੇ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਸੰਜੀਦਾ ਹੈ, ਬਹੁਤ ਹੀ ਸੈਂਸਿਟਿਵ ਹੈ, ਔਰ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਦੇ ਨਾਲ, ਉਹਨਾਂ ਦੇ ਇਮੋਸ਼ਨਸ ਦੇ ਨਾਲ ਵੀ ਜੁੜਿਆ ਹੋਇਆ। ਅੱਜ 31 ਅਕਤੂਬਰ ਨੂੰ ਤੁਹਾਨੂੰ ਯਾਦ ਹੋਏ 31 ਅਕਤੂਬਰ 1984 ਤੋਂ ਬਾਅਦ ਜੋ ਘਟਨਾਕ੍ਰਮ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਔਰ ਹਿੰਦੁਸਤਾਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹੋਇਆ, 3 ਨਵੰਬਰ ਤੱਕ ਚੱਲਿਆ, ਮੈਂ ਉਸ ਕੇਸ ਦਾ ਜ਼ਿਕਰ ਕਰ ਰਿਹਾ ਜਿਹਨੂੰ ਅਸੀਂ ਸਾਰੇ 1984 ਸਿੱਖ ਜੈਨੋਸਾਈਡ ਕੇਸ ਦੇ ਨਾਂ ਨਾਲ ਜਾਣਦੇ ਹਾਂ, ਜਿਹਨੂੰ 1984 ਸਿੱਖ ਨਸਲਕੁਸ਼ੀ ਕੇਸ ਵੀ ਕਿਹਾ ਜਾ ਰਿਹਾ। ਇਹ ਜਿਹੜਾ ਮਾਮਲਾ ਹੈ ਜੀ, ਤੁਸੀਂ ਜਾਣਦੇ ਹੋ ਸਾਰੇ ਕਿ ਕੋਰਟ ਕਚਹਿਰੀ ਦੇ ਵਿੱਚ ਚੱਲਦਾ ਪਿਆ, ਔਰ ਅੱਜ 34 ਸਾਲ ਹੋ ਗਏ ਨੇ ਇਸ ਚੀਜ਼ ਨੂੰ ਚੱਲਦੇ ਹੋਏ, ਔਰ ਜਿਹੜਾ ਕੇਸ ਹੈ ਅਜੇ ਵੀ ਕੋਰਟ ਕਚਹਿਰੀ ਦੇ ਵਿੱਚ ਹੈ, ਔਰ ਅਜੇ ਵੀ ਜਿਹੜਾ ਹੈ ਇਨਸਾਫ ਦਾ ਇੰਤਜ਼ਾਰ ਕੀਤਾ ਜਾ ਰਿਹਾ। ਜਿਹੜਾ ਸਾਡਾ ਸਿਸਟਮ ਹੈ, ਜੋ ਕਾਨੂੰਨੀ ਪੇਚੀਦਗੀਆਂ ਹੈ, ਜੋ ਕਾਨੂੰਨੀ ਦਾਵਪੇਚ ਹੈ, ਜੋ ਸਿਸਟਮਸ ਦੇ ਲੂਪ ਹੋਲ ਨੇ, ਉਹ ਕਿਸੇ ਕੇਸ ਨੂੰ ਕਿੰਨਾ ਕੁ ਕੰਪਲੀਕੇਟ ਕਰ ਸਕਦੇ ਹੈ, ਉਸ ਕੇਸ ਨੂੰ ਕਿੰਨਾ ਕੁ ਅਦਾਲਤਾਂ ਦੇ ਵਿੱਚ ਖਿੱਚਿਆ ਜਾ ਸਕਦਾ ਹੈ, ਇਹ ਉਹਦਾ ਸਭ ਤੋਂ ਵੱਡਾ ਉਦਾਹਰਣ ਹੋ ਸਕਦਾ। ਜਿਹੜੇ ਸਾਡੇ ਸਿਆਸਤਦਾਨ ਨੇ, ਜਿਹੜੀ ਸਾਡੀ ਸਿਆਸੀ ਪਾਰਟੀਆਂ ਨੇ, ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਮਸਲੇ ਨੂੰ, ਇਸ ਮੁੱਦੇ ਨੂੰ ਆਪਣਾ ਜਿਹੜਾ ਚੋਣਾਂ ਦਾ ਹਥਿਆਰ ਬਣਾਇਆ, ਆਪਣਾ ਚੋਣਾਂ ਦੇ ਦੌਰਾਨ ਯੂਜ਼ ਕਰਨ ਵਾਲਾ ਇੱਕ ਮਸਲਾ ਬਣਾਇਆ, ਔਰ ਘੱਟ ਤੋਂ ਘੱਟ ਕਿਸੇ ਨੇ ਵੀ ਸੰਜੀਦਗੀ ਦੇ ਨਾਲ ਇਸ ਕੇਸ ਦੀ ਜਿਹੜੀ ਪੈਰਵਾਈ ਨਹੀਂ ਕੀਤੀ, ਜਿਹੜੇ ਇਹਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਦਿਲਾਉਣ ਦੀ ਮੰਗ ਨਹੀਂ ਕੀਤੀ, ਔਰ ਜਿਹੜਾ ਸਾਰਾ ਮਾਮਲਾ ਅੱਜ ਦੀ ਡੇਟ 'ਚ ਕੋਰਟ ਕਚਹਿਰੀ ਦੇ ਵਿੱਚ, ਕਦੀ ਹਾਈ ਕੋਰਟ, ਕਦੇ ਦਿੱਲੀ ਦੀ ਦੂਜੀਆਂ ਨਿਚਲੀ ਅਦਾਲਤਾਂ, ਫਿਰ ਹਾਈ ਕੋਰਟ, ਔਰ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਜਨਵਰੀ ਤੱਕ, ਜਦੋਂ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਏ ਜਾਣ ਦੇ ਹੁਕਮ ਦਿੱਤੇ, ਅਤੇ ਘੱਟ ਤੋਂ ਘੱਟ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਕੇਸ ਹੈ ਇਸ ਤਰ੍ਹਾਂ ਚੱਲਦਾ ਪਿਆ। ਵਕੀਲ ਬਦਲੇ ਜਾਂਦੇ ਰਹੇ, ਜੱਜਾਂ ਦੇ ਕਮਰੇ ਬਦਲਦੇ ਜਾਂਦੇ ਰਹੇ, ਜਿਹੜੇ ਗਵਾਹ ਸੀ ਉਹਨਾਂ ਦੀ ਗਵਾਹੀਆਂ ਹੁੰਦੀਆਂ ਰਹੀਆਂ, ਲੇਕਿਨ ਇੰਨੇ ਲੰਬੇ ਸਮੇਂ ਦੇ ਦੌਰਾਨ ਜਿਹੜੀਆਂ ਕਈ ਸਾਡੀਆਂ ਭੈਣਾਂ, ਕਈ ਮਹਿਲਾਵਾਂ ਜਿਹੜੀਆਂ ਉਸ ਦੌਰਾਨ 'ਚ ਵਿਡੋ ਹੋ ਗਈਆਂ ਸੀ, ਉਹ ਉਸ ਦੁਨੀਆ ਤੋਂ ਚਲੀਆਂ ਗਈਆਂ, ਕਈ ਜਿਹੜੇ ਗਵਾਹ ਸੀਗੇ, ਜਿਹੜੇ ਅਹਿਮ ਗਵਾਹ ਸੀਗੇ, ਉਹ ਵੀ ਇਸ ਦੁਨੀਆ ਤੋਂ ਚਲੇ ਗਏ, ਚਿਹਰੇ ਬਦਲਦੇ ਰਹੇ। ਮੈਂ ਕਹਿੰਦਾ ਵਕੀਲਾਂ ਦੀਆਂ ਸ਼ਕਲਾਂ ਬਦਲਦੀਆਂ ਰਹੀਆਂ, ਜੱਜਾਂ ਦੇ ਕਮਰੇ ਬਦਲਦੇ ਰਹੇ, ਅਦਾਲਤਾਂ ਦੇ ਦਰਵਾਜ਼ੇ ਬਦਲਦੇ ਰਹੇ, ਲੇਕਿਨ 34 ਸਾਲ ਤੱਕ ਇਸ ਕੇਸ ਦੇ ਵਿੱਚ ਨਾ ਇਨਸਾਫ ਮਿਲਿਆ, ਔਰ ਨਾ ਹੀ ਅਜੇ ਦੂਰ ਦੂਰ ਤੋਂ ਕੋਈ ਉਮੀਦ, ਕੋਈ ਆਸ ਲੱਗਦੀ ਹੈ ਕਿ ਇਨਸਾਫ ਛੇਤੀ ਮਿਲੇਗਾ। ਗੱਲ ਇਹ ਹੈ ਕਿ ਜਿਹੜੀ ਆਪਣੇ ਔਰਗਨਾਈਜੇਸ਼ਨਸ ਨੇ, ਜੋ ਸਾਡਾ ਸਿੱਖ ਭਾਈਚਾਰਾ ਔਰ ਦੁਨੀਆ ਭਰ ਦੇ ਜਿਹੜੇ ਲੋਕ ਨੇ, ਉਹ ਇਸ ਕੇਸ ਨੂੰ ਲੈ ਕੇ ਬੜੀ ਸੰਜੀਦਗੀ ਨਾਲ ਸੋਚਦੇ ਨੇ, ਇਸ ਨੂੰ ਬੜੀ ਮੰਦਭਾਗੀ ਗੱਲ ਮੰਨਦੇ ਨੇ, ਔਰ ਅੱਜ ਦੇ ਦਿਨ ਅਸੀਂ ਵੀ ਇਸ ਕੇਸ ਨੂੰ ਯਾਦ ਕਰਦੇ ਹਾਂ, ਉਹਨਾਂ ਜਿਹੜੇ ਮਾਰੇ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਔਰ ਘੱਟ ਤੋਂ ਘੱਟ ਅਸੀਂ ਇਹ ਗੱਲ ਕਰਦੇ ਹਾਂ ਕਿ ਇਹ ਜਿਹੜਾ ਕੇਸ ਹੈ ਇਹਦਾ ਇਨਸਾਫ ਹੁਣ ਕਦ ਤੱਕ ਮਿਲੇਗਾ, ਇਹ ਚੀਜ਼ ਹਾਲੇ ਵੀ ਸਾਹਮਣੇ ਦੇਖਣ ਵਾਲੀ ਹੈ। ਜਿਸ ਕੇਸ ਦੇ ਨਾਲ ਜਿਹੜੇ ਵਕੀਲ ਨੇ, ਇੱਕ ਸੀਨੀਅਰ ਐਡਵੋਕੇਟ HS ਫੁਲਕਾ, ਮੈਂ ਉਹਨਾਂ ਦਾ ਟਵੀਟ ਦੇਖ ਰਿਹਾ ਸੀਗਾ, ਉਹਨਾਂ ਨੇ ਵੀ ਟਵੀਟ ਕੀਤਾ ਕਿ ਵੀ ਆਰ ਸਟਿਲ ਅਵੇਟਿੰਗ ਫੋਰ ਜਸਟਿਸ, ਹਜੇ ਵੀ ਸਾਨੂੰ ਇਨਸਾਫ ਦਾ ਇੰਤਜ਼ਾਰ ਹੈ। ਲੇਕਿਨ ਇਸ ਮਸਲੇ ਨੂੰ ਲੈ ਕੇ, ਇਸ ਕੇਸ ਨੂੰ ਲੈ ਕੇ ਕਿੰਨੀ ਸਿਆਸਤ ਹਿੰਦੁਸਤਾਨ ਦੇ ਵਿੱਚ ਹੋਈ ਹੈ ਅੱਜ ਤੱਕ, ਔਰ ਅਜੇ ਵੀ ਜਾ ਰਹੀ ਹੈ, ਔਰ ਆਉਣ ਵਾਲੇ ਸਮੇਂ 'ਚ ਵੀ ਹੋਏਗੀ, ਕਿਉਂਕਿ ਲੋਕ ਸਭਾ ਦੀ ਚੋਣਾਂ ਆਉਣ ਵਾਲੀਆਂ, ਫਿਰ ਇਹ ਮਸਲਾ ਉੱਠੇਗਾ, ਔਰ ਸਾਰੀਆਂ ਪਾਰਟੀਆਂ ਜਿਹੜੀਆਂ ਆਪਣੇ ਆਪਣੇ ਹਿਸਾਬ ਨਾਲ ਇਸ ਮੁੱਦੇ ਦਾ, ਇਸ ਇਸ਼ੂ ਦਾ ਇਸਤੇਮਾਲ ਕਰਨਗੀਆਂ, ਅਤੇ ਉਸ ਚੀਜ਼ ਦਾ ਜਿਹੜਾ ਬੇਜ਼ਾ ਇਸਤੇਮਾਲ ਹੋਏਗਾ, ਔਰ ਆਪਣੇ ਆਪਣਾ ਜਿਹੜਾ ਸਿਆਸੀ ਲਾਹੇਬੰਦੀ ਇਸ ਕੇਸ ਤੋਂ ਵੀ ਲੱਭੀ ਜਾਏਗੀ, ਇਹਦਾ ਉਦਾਹਰਣ ਤੁਸੀਂ ਦੇਖ ਸਕਦੇ ਹੋ। ਮੈਂ ਟਵੀਟ ਦਾ ਜ਼ਿਕਰ ਕੀਤਾ ਕਿ ਸੀਨੀਅਰ ਐਡਵੋਕੇਟ HS ਫੁਲਕਾ ਦਾ ਟਵੀਟ ਹੈ ਕਿ ਅਸੀਂ ਹਜੇ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਜਦੋਂ ਮੈਂ ਗੂਗਲ 'ਤੇ ਰਿਸਰਚ ਕਰ ਰਿਹਾ ਸੀਗਾ, ਮੈਂ ਦੇਖਿਆ, ਜਦੋਂ ਟਵੀਟ ਮੈਂ ਦੇਖਿਆ, ਮੈਂ ਕਿਹਾ ਚਲੋ ਹੋਰ ਵੀ ਟਵੀਟ ਚੈੱਕ ਕਰਦਾ, ਅਤੇ ਮੈਂ ਤੁਹਾਡੇ ਨਾਲ ਇੱਕ ਜ਼ਿਕਰ ਕਰਨਾ ਚਾਹਾਂਗਾ, ਬੜੀ ਇੰਟਰਸਟਿੰਗ ਚੀਜ਼ ਹੈ, ਤੁਸੀਂ ਦੇਖੋ ਕਿ ਇਸ ਚੀਜ਼ ਨੂੰ ਲੈ ਕੇ ਸਿਆਸਤ ਕਿਸ ਤਰ੍ਹਾਂ ਹੁੰਦੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਜਿਹੜੇ ਰਾਹੁਲ ਗਾਂਧੀ ਹੈ, ਮੈਂ ਇਹਨਾਂ ਦੋਨਾਂ ਦੇ ਟਵੀਟ ਵੀ ਚੈੱਕ ਕੀਤੇ, ਮੈਂ ਇਹਨਾਂ ਦੋਨਾਂ ਦੇ ਟਵੀਟ ਅੱਜ ਚੈੱਕ ਕੀਤੇ ਕਿ ਮੈਂ ਦੇਖਦਾ ਕਿ ਇਹ ਇਸ ਕੇਸ ਦਾ ਕੋਈ ਜ਼ਿਕਰ ਕਰਦੇ ਨੇ ਕਿ ਨਹੀਂ, ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ, ਦੋਨੋਂ ਆਪਣੇ ਜਦੋਂ ਚੋਣਾਂ ਦੇ ਭਾਸ਼ਣ ਦਿੰਦੇ ਨੇ, ਵੱਡੀਆਂ ਵੱਡੀਆਂ ਸਪੀਚਾਂ ਦਿੰਦੇ ਨੇ, ਅਤੇ ਸਾਰੀਆਂ ਪਾਰਟੀਆਂ ਇਸ ਮੁੱਦੇ ਦਾ ਜ਼ਿਕਰ ਕਰਦੀਆਂ ਨੇ, ਇਹ ਅਸ਼ੋਰ ਕਰਦੀਆਂ ਕਿ ਅਸੀਂ ਇਨਸਾਫ ਦਵਾਵਾਂਗੇ, ਅਸੀਂ ਇਹਦੀ ਜਾਂਚ ਕਰਾਵਾਂਗੇ, ਇਹਦੀ ਤਫਤੀਸ਼ ਕਰਾਵਾਂਗੇ। ਲੇਕਿਨ ਮੈਂ ਜਿਹੜਾ ਦੇਖਣਾ ਚਾਹੁੰਦਾ ਸੀ ਕਿ ਅੱਜ ਦੇ ਜਿਹੜੀ ਤਰੀਕ ਹੈ, ਅੱਜ ਦੀ ਤਰੀਕ ਦੇ ਵਿੱਚ ਇਹ ਸਾਰੇ ਜਿਹੜੇ ਪੋਲੀਟੀਸ਼ੀਅਨਸ ਨੇ ਕਿੰਨੇ ਸੰਜੀਦਾ ਨੇ, ਮੈਂ ਕਿਸੇ ਪਰਟੀਕੁਲਰ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਆਈ ਐਮ ਗਿਵਿੰਗ ਯੂ BJP ਔਰ ਕਾਂਗਰਸ ਦੋਨਾਂ ਦਾ ਜੋ ਹੈਗਾ ਅੱਜ ਦਾ ਕੀ ਹਾਲ ਹੈ। ਨਰਿੰਦਰ ਮੋਦੀ ਦਾ ਟਵੀਟ ਹੈ ਜੀ, ਉਹਨਾਂ ਨੇ ਕੀਤਾ ਟ੍ਰਿਬਿਊਟਸ ਟੂ ਅਵਰ ਫਾਰਮਰ ਪ੍ਰਾਈਮ ਮਿਨਿਸਟਰ ਮਿਸਿਸ ਇੰਦਰਾ ਗਾਂਧੀ ਔਨ ਹਰ ਡੈਥ। ਇਹ ਨਰਿੰਦਰ ਮੋਦੀ ਦਾ ਟਵੀਟ ਹੈ, ਜਿਹਦਾ ਮੈਂ ਟੈਕਸਟ ਲਿਖ ਕੇ ਲਿਆ, ਟਵੀਟ ਹਜੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ। ਔਰ ਇਸ ਤੋਂ ਨੀਚੇ ਇੱਕ ਰਾਹੁਲ ਗਾਂਧੀ ਦਾ ਟਵੀਟ ਹੈ, ਰਾਹੁਲ ਗਾਂਧੀ ਨੇ ਟਵੀਟ ਕੀਤਾ, ਰਿਮੈਂਬਰਿੰਗ ਦਾਦੀ ਟੂਡੇ ਵਿਦ ਅ ਡੀਪ ਸੈਂਸ ਆਫ ਹੈਪੀਨੈਸ, ਸ਼ੀ ਟੋਟ ਮੀ ਸੋ ਮੱਚ ਐਂਡ ਗੇਵ ਮੀ ਅਨਐਂਡਿੰਗ ਲਵ। ਰਾਹੁਲ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਯਾਦ ਕੀਤਾ,
ਔਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਵੀ ਇੱਕ ਫਾਰਮਰ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਇੰਦਰਾ ਗਾਂਧੀ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ। ਲੇਕਿਨ ਇਹਨਾਂ ਦੋਵਾਂ ਹੀ ਵੱਡੇ ਨੇਤਾਵਾਂ ਨੂੰ ਮੈਂ ਕਹਾਂਗਾ ਕਾਂਗਰਸ ਅਤੇ ਔਰ ਬੀਜੇਪੀ ਦੇ ਨੇਤਾਵਾਂ ਨੇ ਜਿਹੜੇ ਬੇਗੁਨਾਹ ਸਿੱਖ ਮਾਰੇ ਗਏ ਸੀਗੇ 1984 ਦੇ ਸਿੱਖ ਜੈਨੋਸਾਈਡ ਦੇ ਦੌਰਾਨ, ਦੋਨਾਂ ਹੀ ਨੇਤਾਵਾਂ ਨੇ ਆਪਣੇ ਟਵੀਟਸ ਦੇ ਵਿੱਚ ਨਾ ਤਾਂ ਇਸ ਗੱਲ ਦਾ ਕੋਈ ਜ਼ਿਕਰ ਕੀਤਾ ਹੈ, ਨਾ ਉਹਨਾਂ ਜੋ ਮਾਰੇ ਗਏ ਸਿੱਖਾਂ ਦਾ ਜ਼ਿਕਰ ਕੀਤਾ ਹੈ, ਨਾ ਉਹਨਾਂ ਨੂੰ ਕੋਈ ਸ਼ਰਧਾਂਜਲੀ ਦਿੱਤੀ ਹੈ, ਨਾ ਇਸ ਬਾਰੇ ਕੋਈ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਅੱਜ ਦੇ ਕਾਫੀ ਸਾਰੇ ਟਵੀਟ ਨੇ, ਉਹ ਹਰ ਦੋ ਦੋ ਘੰਟੇ ਬਾਅਦ ਟਵੀਟ ਕਰਦੇ ਨੇ, ਉਹਨਾਂ ਦੇ ਜਿਹੜੇ ਟਵੀਟਸ ਨੇ ਉਹਨਾਂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ। ਉਹਨਾਂ ਨੇ ਸਰਦਾਰ ਪਟੇਲ ਨੂੰ ਨਮਨ ਕੀਤਾ, ਜਿਹੜੀ ਸਰਦਾਰ ਪਟੇਲ ਦੀ ਮੂਰਤੀ ਅੱਜ ਗੁਜਰਾਤ ਦੇ ਵਿੱਚ ਉਹਨਾਂ ਨੇ ਉਹਦਾ ਅਨਾਵਰਣ ਕੀਤਾ, ਸ਼ੁਰੂਆਤ ਹੋਈ ਹੈ ਉਸ ਮੂਰਤੀ ਦੀ, ਉਸ ਨੂੰ ਉਹਨਾਂ ਨੂੰ ਲੈ ਕੇ ਪਟੇਲ ਨੂੰ ਲੈ ਕੇ ਉਹਨਾਂ ਨੇ 3-4 ਟਵੀਟ ਕੀਤੇ ਨੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਅਸਾਮ ਦੇ ਜਿਹੜੇ ਚੀਫ ਮਿਨਿਸਟਰ ਨੇ ਸਰਵਾਨੰਦ ਸੋਨੋਵਾਲ, ਉਹਨਾਂ ਦਾ ਅੱਜ ਬਰਥਡੇ ਹੈ, ਉਹਨਾਂ ਦੇ ਬਰਥਡੇ ਨੂੰ ਵੀ ਉਹਨਾਂ ਨੇ ਵਧਾਈ ਦਿੱਤੀ ਹੈ ਸਰਵਾਨੰਦ ਸੋਨੋਵਾਲ ਨੂੰ ਕਿ ਜੀ ਮੈਂ ਉਹਨਾਂ ਨੂੰ ਵਧਾਈ ਦਿੰਦਾ। ਇਹ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਨੇ। ਔਰ ਇਸ ਤੋਂ ਬਾਅਦ ਉਹਨਾਂ ਨੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਮੋਦੀ ਜੈਕਟ ਪਾਈ ਹੈ, ਉਹਨਾਂ ਦੀ ਫੋਟੋ ਲਗਾ ਕੇ ਉਹਨਾਂ ਨੇ ਕਿਹਾ ਜੀ ਮੋਦੀ ਜੈਕਟ ਪਾ ਕੇ ਤੁਸੀਂ ਬੜੇ ਸਮਾਰਟ ਲੱਗ ਰਹੇ ਹੋ, ਇਹ ਵਾਲਾ ਟਵੀਟ ਨਰਿੰਦਰ ਮੋਦੀ ਨੇ ਕੀਤਾ। ਔਰ ਉਸ ਤੋਂ ਬਾਅਦ ਉਜ਼ਬੇਕਿਸਤਾਨ ਦੇ ਕੁਝ ਕਲਾਕਾਰ ਨੇ ਜਿਨ੍ਹਾਂ ਨੇ ਵੈਸ਼ਨਵ ਜਨ ਕਰਕੇ ਇੱਕ ਭਜਨ ਗਾਇਆ, ਇੱਕ ਉਹਨਾਂ ਨੂੰ ਵਧਾਈ ਦਿੱਤੀ ਹੈ। ਇਹ ਸਾਰੀ ਲਿਸਟ ਹੈਗੀ ਹੈ ਅੱਜ ਦੇ ਟਵੀਟਸ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਨੇ। ਔਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ ਹੈ ਕਿ ਰਿਮੈਂਬਰਿੰਗ ਫਾਰਮਰ ਪ੍ਰਾਈਮ ਮਿਨਿਸਟਰ, ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਲੇਕਿਨ 1984 ਦੇ ਸਿੱਖ ਨਸਲਕੁਸ਼ੀ ਦੇ ਦੌਰਾਨ ਮਾਰੇ ਗਏ ਸਿੱਖਾਂ ਨੂੰ, ਜਾਂ ਅੱਜ ਦੇ ਅਸੀਂ ਕਰੀਏ ਜੇ 31 ਅਕਤੂਬਰ ਦੇ ਨਾਲ ਹੀ ਇਹਨੂੰ ਜੋੜ ਕੇ ਦੇਖਿਆ ਜਾਏ ਤਾਂ ਘਟਨਾਕ੍ਰਮ ਅੱਜ ਰਾਤ ਤੋਂ ਹੀ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਸੀਗਾ। ਅਤੇ ਇਹ ਸਾਰੀ ਚੀਜ਼ ਸੀ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਅੱਜ ਦੇ ਦਿਹਾੜੇ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋਈ, ਔਰ ਉਹਨਾਂ ਨੇ ਕੁਛ ਨਹੀਂ ਕੀਤੀ। ਲੇਕਿਨ ਜਦੋਂ ਕੱਲ੍ਹ ਨੂੰ ਚੋਣਾਂ ਆਉਣਗੀਆਂ ਲੋਕ ਸਭਾ ਦੀਆਂ, ਜਦੋਂ ਤੁਹਾਡੇ ਇਲਾਕੇ ਦੇ ਵਿੱਚ ਆ ਕੇ, ਜਦੋਂ ਪੰਜਾਬ 'ਚ ਜਾਂ ਹੋਰ ਵੀ ਸੂਬਿਆਂ 'ਚ ਜਾ ਕੇ ਉਹ ਪ੍ਰਚਾਰ ਕਰਨਗੇ, ਜਾਂ ਜਦੋਂ ਵੀ ਕਿਤੇ ਸਿੱਖ ਕਮਿਊਨਿਟੀ ਦੇ ਨਾਲ ਮਿਲਣਗੇ, ਸਿੱਖ ਭਾਈਚਾਰੇ ਦੇ ਨਾਲ ਇਹ ਦੋਨੋਂ ਨੇਤਾ ਮਿਲਣਗੇ, ਤਾਂ ਸ਼ਾਇਦ ਇਹ ਗੱਲ ਜ਼ਰੂਰ ਕਰਨ, 1984 ਦੇ ਦੰਗਿਆਂ ਦੀ ਵੀ ਗੱਲ ਕਰਨ, ਜੋ ਸਿੱਖ ਜੈਨੋਸਾਈਡ ਦੀ ਗੱਲ ਕਰਨ। ਇਹ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਦੋਂ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਿਆ ਸੀਗਾ, ਅਤੇ ਉਹਨਾਂ ਦਾ ਵੀ ਇੱਕ ਬਿਆਨ ਮੈਨੂੰ ਮਿਲਿਆ ਗੂਗਲ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਰੀਇਨਵੈਸਟੀਗੇਟ ਕਰਾਂਗਾ ਇਸ ਪੂਰੇ ਮਾਮਲੇ ਨੂੰ। ਉਹਨਾਂ ਨੇ ਕੋਈ ਸਿੱਖ ਭਾਈਚਾਰੇ ਦਾ ਕੋਈ ਡੈਲੀਗੇਸ਼ਨ ਮਿਲਣ ਆਇਆ ਸੀ, ਉਹਨੂੰ ਐਸ਼ੋਰ ਕੀਤਾ ਸੀਗਾ ਡੈਲੀਗੇਸ਼ਨ ਨੂੰ ਕਿ ਆਈ ਵਿਲ ਰੀਇਨਵੈਸਟੀਗੇਟ ਦਿਸ ਕੇਸ। ਔਰ ਜੋ ਮੈਂ ਗੂਗਲ ਦੇ ਵਿੱਚ ਹੁਣ ਲੱਭਿਆ ਕਿ ਇਹਦੇ ਵਿੱਚ ਬੀਜੇਪੀ ਦੀ ਸਰਕਾਰ ਜਦੋਂ ਦੀ ਸੈਂਟਰ 'ਚ ਬਣੀ ਆ, ਉਹਨਾਂ ਨੇ ਕੀ ਕੰਮ ਕੀਤੇ ਹੈ, ਅਤੇ ਮੈਨੂੰ ਸਿਰਫ ਇੱਕ ਚੀਜ਼ ਪਤਾ ਲੱਗੀ ਕਿ ਥੋੜ੍ਹੇ ਮੁਆਵਜ਼ੇ ਦੀ ਜਿਹੜੀ ਰਕਮ ਸੀ ਉਹ ਥੋੜ੍ਹਾ ਬਹੁਤ ਉਹਨਾਂ ਨੇ ਠੀਕ ਕੀਤੀ ਹੈ, ਮੁਆਵਜ਼ੇ ਦੀ ਰਕਮ ਨੂੰ ਵੰਡਣ ਦਾ ਥੋੜ੍ਹਾ ਜਿਹਾ ਇੰਤਜ਼ਾਮ ਕਰਾਇਆ। ਲੇਕਿਨ ਰੀਇਨਵੈਸਟੀਗੇਟ ਕਰਨ ਦੀ ਕੋਈ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹਨਾਂ ਵੱਲੋਂ ਵੀ ਨਹੀਂ ਹੋਈ। ਇੱਕ ਸਵਾਲ ਇਹ ਵੀ ਉੱਠਦਾ, ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਵੀ ਅੱਜ ਤੱਕ ਇਸ ਮੁੱਦੇ ਨੂੰ ਇੱਕ ਵਾਰੀ ਵੀ ਨਹੀਂ ਚੁੱਕਿਆ। ਲੇਕਿਨ ਇੱਕ ਖਬਰ ਇੱਕ ਹੋਰ ਆ ਰਹੀ ਹੈ ਕਿ ਹੁਣ 1-2 ਦਿਨ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਪ੍ਰੋਟੈਸਟ ਮਾਰਚ ਹੋਣ ਵਾਲਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ 'ਚ ਸ਼ਾਮਿਲ ਹੋਏਗਾ। ਪ੍ਰੋਟੈਸਟ ਮਾਰਚ ਕਰਕੇ ਜੰਤਰ ਮੰਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਉਹ 1984 ਦੇ ਮਾਮਲੇ 'ਚ ਸਰਕਾਰ ਤੋਂ ਇਨਸਾਫ ਦੀ ਮੰਗ ਕਰਨਗੇ। ਸਵਾਲ ਹੈ ਉੱਠਦਾ, ਮੇਰੇ ਕੋਲ ਇੱਕ ਹੋਰ ਇਹ ਲਿਸਟ ਹੈਗੀ ਹੈ ਜਿਹੜੀਆਂ ਇਨਕੁਆਇਰੀ ਕਮਿਸ਼ਨਾਂ ਅੱਜ ਤੱਕ ਬਣਾਈਆਂ ਗਈਆਂ, ਇੰਨੇ ਸਾਰੇ ਜਾਂਚ ਕਮਿਸ਼ਨ ਬਣਾਏ ਗਏ, ਇਨਕੁਆਇਰੀ ਕਮਿਸ਼ਨ ਬਣਾਏ ਗਏ, ਕਮੇਟੀਆਂ ਬਣਾਈਆਂ ਗਈਆਂ। ਮਾਰਵਾ ਕਮਿਸ਼ਨ ਜਿਹੜੀ 1984 ਦੇ ਵਿੱਚ ਹੀ ਬਣਾ ਦਿੱਤੀ ਗਈ ਸੀ, ਉਸ ਤੋਂ ਬਾਅਦ ਮਿਸ਼ਰਾ ਕਮਿਸ਼ਨ, ਕਪੂਰ ਮਿੱਤਲ ਕਮੇਟੀ, ਜੈਨ ਬੈਨਰਜੀ ਕਮੇਟੀ, ਪੋਟੀ ਰੋਸ਼ਾ ਕਮੇਟੀ, ਜੈਨ ਅਗਰਵਾਲ ਕਮੇਟੀ, ਆਹੂਜਾ ਕਮੇਟੀ, ਢਿੱਲੋਂ ਕਮੇਟੀ, ਨਰੂਲਾ ਕਮੇਟੀ, ਔਰ ਇੱਕ ਨਾਨਾਵਟੀ ਕਮਿਸ਼ਨ ਦਾ ਜ਼ਿਕਰ ਹੈ। ਸਵਾਲ ਹੈ ਉੱਠਦਾ, ਜਦੋਂ ਸਰਕਾਰੀ ਜਿਹੜੀ ਫਿਗਰ ਹੈ, ਇੱਕ ਆਂਕੜੇ ਜੋ ਸਰਕਾਰ ਖੁਦ ਰਿਲੀਜ਼ ਕਰਦੀ ਹੈ, ਉਸ ਦੇ ਮੁਤਾਬਿਕ ਸਿਰਫ ਦਿੱਲੀ ਦੀਆਂ ਸੜਕਾਂ 'ਤੇ ਹੀ ਸਰਕਾਰ ਦੇ ਮੁਤਾਬਿਕ 2733 ਜਿਹੜੇ ਸੀਗੇ ਸਿੱਖ ਮਾਰੇ ਗਏ ਸੀਗੇ। ਇਹ ਸਰਕਾਰ ਨੇ ਖੁਦ ਕਬੂਲ ਕੀਤਾ, ਜਿਹੜੇ ਆਂਕੜੇ ਸਰਕਾਰ ਦੇ ਕੋਲ ਨਹੀਂ ਉਹਦੇ ਨਾਲ ਤਾਂ ਅਸੀਂ ਕਹਿ ਸਕਦੇ ਜਿਹੜੀ ਇਹ ਤਾਦਾਦ ਹੈ ਹੋਰ ਵੀ ਕਾਫੀ ਜ਼ਿਆਦਾ ਸੀਗੀ। ਲੇਕਿਨ ਜਿਹੜੀ ਨਾਨਾਵਟੀ ਕਮਿਸ਼ਨ ਨੇ ਉਸ ਤੋਂ ਬਾਅਦ ਜਿਹੜੀ ਤਫਤੀਸ਼ ਸ਼ੁਰੂ ਕੀਤੀ, ਤਾਂ ਇਹ ਵੀ ਪਤਾ ਲੱਗਾ ਕਿ ਦਿੱਲੀ ਪੁਲਿਸ ਨੇ 241 FIR ਜਿਹੜੀਆਂ ਦਰਜ ਹੋਈਆਂ ਸੀਗੀਆਂ ਉਹਨਾਂ ਨੂੰ ਹੱਥੋਂ ਹੱਥੀ ਉਹਨਾਂ ਨੂੰ ਬੰਦ ਕਰ ਦਿੱਤਾ। ਇਹ ਸੀਗਾ ਕਿ ਚੀਜ਼ ਸਾਹਮਣੇ ਆਉਂਦੀ ਰਹੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਸਭ ਨੂੰ ਪਤਾ ਸੀਗੇ, ਇਹ ਵੀ ਪਤਾ ਸੀ ਕਾਂਗਰਸ ਦੇ ਕਿਹੜੇ ਕਿਹੜੇ ਨੇਤਾ ਕਿੰਨਾ ਕਿੰਨਾ ਦੇ ਉੱਤੇ ਇਲਜ਼ਾਮ ਲੱਗੇ। ਲੇਕਿਨ ਉਹ ਜਿਹੜੀਆਂ ਚੀਜ਼ਾਂ ਨੇ ਅੱਜ ਦੀਆਂ ਵੀ ਡੇਟ 'ਚ ਪੰਜਾਬ ਜਿਹੜੀ ਹਿੰਦੁਸਤਾਨ ਦੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚੋਂ ਕਿਸਦੀਆਂ ਪਈਆਂ ਨੇ, ਉਹ ਚੱਲਦੀਆਂ ਪਈਆਂ ਨੇ, ਜਿਹੜੇ ਲੀਡਰ ਨੇ ਅੱਜ ਵੀ ਪਾਰਟੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਨੇ। ਲੇਕਿਨ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ, ਜਿਹੜੇ ਸਾਡੇ ਸਿਆਸੀ ਪਾਰਟੀਆਂ ਨੇ, ਜਦੋਂ ਉਹਨਾਂ ਨੂੰ ਸਿੱਖ ਭਾਈਚਾਰੇ ਦੀ ਵੋਟ ਚਾਹੀਦੀ ਹੁੰਦੀ ਹੈ, ਤਦ ਤੋਂ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ। ਪਰ ਬੜੀ ਮੰਦਭਾਗੀ ਗੱਲ ਹੈ, ਬੜੀ ਅਨਫੋਰਚੁਨੇਟ ਚੀਜ਼ ਹੈ ਕਿ ਲੇਕਿਨ ਅੱਜ ਵੀ ਇਸ ਚੀਜ਼ 'ਚ ਨਾ ਤਾਂ ਕੋਈ ਇਨਸਾਫ ਮਿਲਿਆ, ਔਰ ਨਾ ਹੀ ਸਾਡੀਆਂ ਜਿਹੜੀ ਸਿਆਸੀ ਪਾਰਟੀਆਂ ਨੇ ਲੱਗਦਾ ਹੈ ਕਿ ਇਸ ਨੂੰ ਲੈ ਕੇ ਕੋਈ ਸੰਜੀਦਾ ਨੇ। ਇੱਕ ਬਿਆਨ ਮੈਂ ਹੋਰ ਦੇਖਿਆ, ਕੈਪਟਨ ਅਮਰਿੰਦਰ ਸਿੰਘ ਔਰ ਸੁਖਬੀਰ ਬਾਦਲ ਦੇ ਵਿੱਚ ਜਿਹੜੀ ਬਹਿਸ ਹੋਈ ਸੀ,
सवाल है उठता है कि 34 साल हो गए एक इन्ना सेंसिटिव इन्ना कम्यूनिटी के नाल जुड़िया भावनावान के नाल जुड़िया इन्ने बेगुनाह कतल का इन सिखा के कतल के नाल मामला जुड़िया हुआ लेकिन अज भी यह जोड़ा केस है वह इन्ह चीज़ों से फसया है कि गवाहियां दर्ज हो गई बयान दर्ज हो गए लिटीगेशन अपील क्रॉस एग्जामीनेशन लाई डिटेक्टर टैसट यह फलानी अदालत ने एक फैसला सुरक्षित रखा फलानी अदालत सुनवाई कल होएगी अज जज साहब छुट्टी पर सी कल नवी तरीक पै गई यह सारा 34 साल का घटनाक्रम है इन्ने व्डे सेंसिटिव केस में लैके तुम इतों अंदाजा लगाओ कि घट तो घट जड़िया सरकार ने जोड़े साडे सियासी पार्टियां ने यह सिर्फ सेंटर दी नहीं है पंजाब दी सरकारां भी जिम्मेदार ने जिहड़े साडे सियासी पार्टियां मैं सब दा नाम लाँगा सारे इहदे लई जिम्मेदार ने कोई एक पार्टी दा मैं नाम नहीं लै रहा लेकिन यह सवाल उठता है कि घट तो घट इस ते सियासत क्यों इन्ने साल की जा रही है और अजे भी जारी है और कल नूं लोक सभा दे चुनाव होणगे सूबे दीआं विधानसभावां दे चुनाव होणगे उदों भी यह मुद्दा चक्किया जाएगा उदों भी जाके वड्डियां वड्डियां गल्लां कीतीआं जाणगीआं लेकिन नतीजा जीरो इन्ने सारे इंक्वायरी कमीशन बने इन्ने सारी जांच कमेटियां बनिया सुप्रीम कोर्ट ने भी हुण एक स्पेशल इन्वेस्टिगेशन टीम बना दी है लेकिन नतीजा 34 साल बाद भी मैं कहांगा सिफर दा सिफर यह चीज़ है जिहड़ी किसी नूं भी परेशान कर सकती है एज ए मीडिया ते सानूं भी यह चीज़ सानूं असीं मुद्दा चुकना चाहते हैं और अज दा डेट मैनूं लगी बड़ी रेलेवेंट है 31 अक्तूबर घट तो घट अज दे डेट च साडे जिहड़े मैमोरीज़ हैगियां साडी जिहड़ी याददाश्त है घट तो घट इस केस नूं याद करे जिहड़े मारे गए सी उहनां नूं श्रद्धांजलि असीं दिंदे हां असीं इस प्रोग्राम के माध्यम नाल इस प्रोग्राम के राहीं असीं तुहानूं यह जानना चाहते हैं तुहाडे तों पुछना चाहते हैं कि तुसीं साडे जिहड़े सूझवान दर्शक हो जो इंडिया की पॉलिटिक्स ते पंजाब की पॉलिटिक्स ते इन्नी पैनी नज़र रखते हो अपना एक सच्ची समझ रखते हो तुसी इस मामले की कहना चाहोगे तुसी इहदे मामले की साडे नाल शेयर करना चाहते हो यू आर वेलकम टू कॉल अस तुसी सानू साडे नाल अपनी जिहड़ी सोच है सांझा करो और जिहड़ा यह संजीदा मुद्दा है मैं बार बार कह रहा सेंसिटिव मुद्दा है घट तो घट इहदे ते जो पॉलिटिक्स इन्ने साल तक हुई है 34 साल तक जो इंसाफ का लगातार इंतजार किया जा रहा है और अजे भी इंसाफ दूर दूर तक दिखाई नहीं दे रहा इस चीज़ के बारे तुसी सारे की सोचते हो 1984 सिख नसलकुशी का मामला जड़ा है वह जदों अज भी उस जिक्र आता है तो रोंगटे खड़े हो जाते हैं यह चीज़ हैगी है कि जोड़े साडा सरकारी सिस्टम है जो कानून के लूप होल्स ने मैं कहांगा जो कानून दियां पेचीदगियां ने उहदे विच उलझ के रह गया असी मानयोग अदालतों के बारे कोई टिप्पणी नहीं कर रहे मानयोग अदालतां जिहड़ियां हुंदियां अपने तरीके नाल काम करनगियां लेकिन यह जोड़े सिस्टम के लूप होल्स ने जोड़े साडे पॉलिटिशियंस इनवॉल्व सके या जोड़े वकील इनवॉल्व सके उन्होंने इस केस में इन्ना कॉम्प्लीकेट कर दिता कि जाहिर तौर पर अदालत दे विच जो चीज़ एक साल या छे महीने खत्म होनी चाहिए सी वो दो साल चार साल करते करते 34 साल हो गए हैं और यह केस अजे भी कितने सिरे लगता दिखाई नहीं दिता तो साढ़े जोड़े दर्शक ने वह सानू गल करन साढ़े नाल पुछ के साढ़े नाल गल कर सकते हैं अपने विचार सांझे करन और मैं जानना चाहवागा कि तुसी सारे साढ़े जोड़े सूझवान दर्शक हो तुसी इस बारे की सोच रखते हो की कहना चाहते हो और किस तरह उन्होंने याद करना चाहोगे उन्होंने श्रद्धांजलि देना चाहोगे जो 1984 के दौरान कतलेआम के दौरान मैं कहांगा सिख नसलकुशी के दौरान मारे गए सी असी भी उन्होंने श्रद्धांजलि देने तुसी भी अपनी श्रद्धांजलि दे सकते हो एक निके जे ब्रेक तो बाद ब्रेक तो बाद तुहाडा स्वागत है जी अज असीं गल कर रहे हैं 31 अक्तूबर के रेलीवेंस के नाल 1984 सिख नसलकुशी के मामले की और असीं यह भी गल कर रहे हैं कि 34 साल हो गए यह जिहड़ा केस है अदालतों के विच फसिया होया मैं कह सकदा और अज भी 34 साल बाद इहदा जो इंसाफ है दूर दूर तक कितने दिखाई नहीं दिंदा 34 साल तक सारी सियासत हुई है सारी पार्टियां ने इहनूं सियासी मुद्दा बनाया और यह भी मैं जिक्र किया कि अज जिहड़े ट्वीट किए ने राहुल गांधी ने और प्रधानमंत्री नरेंद्र मोदी ने दुनिया भर के ट्वीट किए ने पटेल को श्रद्धांजलि दी है इंदिरा गांधी ने भी उन्होंने किया है लेकिन किसी ने भी 1984 सिख नसलकुशी के दौरान मारे गए जोड़े नौजवान सिख नौजवान से जोड़े सिख नौ मारे गए थे उन्होंने श्रद्धांजलि नहीं उन्होंने बारे कोई जिक्र तक नहीं किया क्या जी सेंट्रल गवर्नमेंट है या कोई भी जी सा राजनीति धर्म के आस पास चलती है राम मंदिर गो हत्या गो रक्षा के नाम पर चलती है मैं एक गल कहना चाहवागा कि क्या एक जो असं कहने धर्म सबनों बराबर रखता है तो यह चीज़ा क्या जी क्या सोच सरकार की सोच से सवाल नहीं पैदा करती लेकिन जोड़ा डेट हुई है डिले हुई है जी मैं कहना यह सिर्फ नीयत का सवाल है जिस सरकार की नीयत ठीक हो इंसाफ भी हो जाए इस बारे साढ़े दर्शक साढ़े नाल जुड़ के गल करना चाहते हैं हैलो हाँ जी शर्मा जी गुरदेव सिंह भोगल यूके तो बहुत बहुत प्यार भरी सत श्री अकाल जी सत श्री अकाल जी की कहना चाहोगे जी आज दे इस टॉपिक जी शर्मा जी मैं सच्ची गल करा कहने ते तुसी सारा कुछ कह दिता तकरीबन जी जी
ਔਰ ਬੜੇ ਅੱਛੇ ਤਰੀਕੇ ਨਾਲ ਬੜੇ ਅੰਦਰ ਕੋਈ ਸਾਰਾ ਕੁਝ ਕਵਰ ਕਰਤਾ। ਉਹਨਾਂ ਦੇ ਟਵੀਟ ਤੱਕ ਦੱਸ ਦਿੱਤੇ ਨੇ, ਇਹ ਜਿਹੜੇ ਸਾਡੇ ਰਾਜਨੀਤਿਕ ਨੇ, ਸਾਡੇ ਸਿਆਸੀ ਲੋਕ ਨੇ, ਇਹਨਾਂ ਨੂੰ ਜੇ ਥੋੜ੍ਹਾ ਬਹੁਤਾ ਵੀ ਸ਼ਰਮ ਹਿਆ ਹੋਵੇ ਤਾਂ ਇਹੋ ਜਿਹੀ ਗੰਦੀ ਰਾਜਨੀਤੀ ਕਦੇ ਨਾ ਕਰਨ। ਅੱਗੇ ਵੀ ਮੈਂ ਤੁਹਾਡੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਤੁਸੀਂ ਵੀ ਹੁਣ ਕਹਿ ਕੇ ਹਟੋ, ਮੈਂ ਫਿਰ ਕਹਿ ਦਿੰਦਾ ਇਹ, ਮੈਂ ਹਾਲਾਂਕਿ ਮੈਂ ਰਿਪੀਟ ਦੁਹਰਾਉਣਾ ਨਹੀਂ ਚਾਹੁੰਦਾ ਕਿ ਉਹ ਸਮਾਂ ਜ਼ਾਇਆ ਹੋ ਜਾਂਦਾ ਵੀ ਜਦੋਂ ਰਾਜਨੀਤਿਕ ਲੋਕਾਂ ਦੀ ਨੀਅਤ ਖੋਟੀ ਹੋਵੇ ਤੇ ਉਹਨਾਂ ਦੀ ਰਾਜਨੀਤੀ ਹਮੇਸ਼ਾ ਖੋਟੀ ਹੋਏਗੀ ਤੇ ਉਹਨਾਂ ਦੇ ਧਰਮ ਕਰਨ ਵੀ ਖੋਟੇ ਹੋਣਗੇ, ਹੋਰ ਸਾਰਾ ਕੁਛ ਖੋਟਾ ਹੋ ਜਾਏਗਾ। ਉਹ ਹੋ ਰਿਹਾ, ਉਹ ਸਾਹਮਣੇ ਹੋ ਰਿਹਾ। ਅੱਜ 31 ਅਕਤੂਬਰ ਨੂੰ ਜੋ ਕੁਝ ਹੋਇਆ ਸੀਗਾ ਤੇ ਉਹਤੋਂ ਬਾਅਦ 1 ਨਵੰਬਰ ਦਾ ਜਿਹੜਾ ਪਹਿਲਾ ਹਿੱਸੇ ਪਹਿਲੇ ਜਿਹੜਾ ਹਫ਼ਤਾ ਅਸੀਂ ਯਾਦ ਕਰਦੇ ਹਾਂ, ਜਿਹੜਾ ਕਤਲੇਆਮ ਹੋਇਆ ਸੀ ਦਿੱਲੀ ਵਿੱਚ, ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿਉਂਕਿ ਉਹ ਨਿਰਦੋਸ਼ੀ ਮਾਰੇ ਗਏ ਸੀਗੇ, ਨਿਰਦੋਸ਼ੀ ਉਹਨਾਂ ਨੂੰ ਮਾਰਿਆ, ਪਤਾ ਵੀ ਨਹੀਂ ਸੀ ਇਹਨਾਂ ਲੋਕਾਂ ਨੂੰ, ਜਿਹੜੇ ਰਾਜਨੀਤਿਕ ਲੋਕ ਨੇ, ਸਿਆਸੀ ਲੋਕ ਨੇ, ਇਹਨਾਂ ਨੂੰ ਕੋਈ ਸ਼ਰਮ ਹਿਆ ਹੋਣਾ ਚਾਹੀਦਾ, ਕੋਈ ਡਰ ਹੋਣਾ ਚਾਹੀਦਾ, ਭੈ ਹੋਣਾ ਚਾਹੀਦਾ ਪਰਮਾਤਮਾ ਦਾ, ਜਿਸ ਧਰਤੀ 'ਤੇ ਇੰਨਾ ਧਰਮ ਦਾ ਬੋਲਬਾਲਾ ਹੋਵੇ। ਸ਼ਰਮਾ ਜੀ, ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਤੁਸੀਂ ਸੋਚੋ, ਤੁਹਾਨੂੰ ਵੀ ਇਹੋ ਹੀ ਸੋਚ ਆਉਂਦੀ ਹੋਏਗੀ ਕਿ ਜਿਸ ਧਰਤੀ 'ਤੇ ਇੰਨਾ ਧਰਮ ਦਾ ਬੋਲਬਾਲਾ ਹੋਵੇ ਅਤੇ ਉਹ ਧਰਮ ਉਹ ਧਰਤੀ ਦਾ ਟੁਕੜਾ ਅਤੇ ਸਵਰਗ ਬਣਿਆ ਹੋਣਾ ਚਾਹੀਦਾ, ਪਰ ਉਹ ਸਵਰਗ ਦੀ ਜਗ੍ਹਾ ਨਰਕ ਬਣਿਆ ਪਿਆ। ਇੱਥੋਂ ਇਹ ਸਾਬਤ ਨਹੀਂ ਹੋ ਜਾਂਦਾ ਕਿ ਉੱਥੇ ਧਰਮ ਦੀਆਂ ਗੱਲਾਂ ਹੀ ਨੇ, ਧਰਮ 'ਤੇ ਹੈ ਹੀ ਨਹੀਂ, ਹੈ ਨਾ ਜੀ? ਅਤੇ ਇਸ ਕਰਕੇ ਸ਼ਰਮਾ ਜੀ, ਬਹੁਤਾ ਮੈਂ ਸਮਾਂ ਨਾ ਲਵਾਂ ਕਿਉਂਕਿ ਅੱਜ ਦਾ ਦਿਨ ਇਹੋ ਜਿਹਾ ਆ ਤੇ ਮੈਂ ਸਾਰੇ ਸਿੱਖ ਕੌਮ ਦੀ, ਪੰਜਾਬੀਆਂ ਦੀ ਜਿਹੜੀ ਸੋਚ ਵਾ ਨਾ, ਜਿਹੜੇ ਉਹਨਾਂ ਦੇ ਸੈਂਟੀਮੈਂਟ ਵਾ ਨਾ, ਉਹਨਾਂ ਦੀ ਮੈਂ ਤਰਜਮਾਨੀ ਕਰਨ ਲੱਗਾ, ਸਿਰਫ 3-4 ਬੰਦ ਪੜ੍ਹਨੇ ਮੈਂ, ਜੇ ਤੁਹਾਡੀ ਆਗਿਆ ਹੋਵੇ। ਤਾਂ ਬਹੁਤ ਧੰਨਵਾਦ ਸ਼ਰਮਾ ਜੀ, ਬਹੁਤ ਧੰਨਵਾਦ ਤੁਹਾਡਾ ਪਿਆਰ ਦਾ। ਇਹ ਹੈਗਾ ਜੀ, ਦਿੱਲੀ ਨੂੰ ਆਪਣੇ ਦਿਲ ਦੀ ਲਿਖਿਆ ਵੀ, ਦਿਲ ਤੇ ਹੱਥ ਰੱਖ, ਦਿਲ ਦੀ ਲੱਗਾ ਹਾਂ ਕਹਿਣ ਤੈਨੂੰ। ਇਹ ਦਿੱਲੀ ਦੇ ਲੋਕਾਂ ਨੂੰ ਨਹੀਂ, ਮੈਂ ਇਹ ਜਿਹੜੀ ਸਰਕਾਰਾਂ ਨੇ ਉਹਨਾਂ ਵਾਸਤੇ ਆ। ਸ਼ਰਮਾ ਜੀ, ਕੋਈ ਗਲਤ ਨਾ ਸਮਝੇ। ਨਹੀਂ ਨਹੀਂ, ਦੱਸੋ। ਲਿਖਿਆ ਵੀ, ਦਿਲ ਤੇ ਹੱਥ ਰੱਖ, ਦਿਲ ਦੀ ਲੱਗਾ ਹਾਂ ਕਹਿਣ ਤੈਨੂੰ, ਸੱਚ ਤੋਂ ਭੱਜਣਾ ਹੀ ਤੇਰਾ ਸੁਭਾਅ ਦਿੱਲੀਏ, ਤੈਨੂੰ ਰਾਜ ਗੱਦੀ ਤੇ ਅਸੀਂ ਬਿਠਾਉਣ ਵਾਲੇ, ਤੂੰ ਇਸ ਗੱਲੋਂ ਵੀ ਹੋਈ ਲਾਪਰਵਾਹ ਦਿੱਲੀਏ। ਬਈ ਇਤਿਹਾਸ ਪੜ੍ਹ ਕੇ ਸਾਡੀ ਤਾਸੀਰ ਨੂੰ ਸਮਝ ਭੋਰਾ, ਇਤਿਹਾਸ ਪੜ੍ਹ ਕੇ ਸਾਡੀ ਤਸੀਰ ਨੂੰ ਸਮਝ ਭੋਰਾ, ਸਿੰਘਾਂ ਸੂਲੀ ਚੜ੍ਹਦਿਆਂ ਵੀ ਜਕਾਰੇ ਬੁਲਾਏ ਦਿੱਲੀਏ, ਜਦੋਂ ਤੈਨੂੰ ਲੁੱਟ ਕੇ ਹਮਲਾਵਰ ਪਿਛਾ ਮੁੜਦੇ, ਸਿੰਘਾਂ ਉਹਨਾਂ ਨੂੰ ਸੋਧੇ ਸੀ ਲਾਏ ਦਿੱਲੀਏ, ਵੇਖ ਸਿੰਘਾਂ ਉਹਨਾਂ ਨੂੰ ਸੋਧੇ ਸੀ ਲਾਏ ਦਿੱਲੀਏ। ਬਈ ਕਦੇ ਸਿੱਖ ਇਤਿਹਾਸ ਅਤੇ ਕਦੇ ਗੋਰੇ ਇਤਿਹਾਸ ਤੇ ਹਮਲਾ, ਕਦੇ ਸਿੱਖ ਇਤਿਹਾਸ ਤੇ ਕਦੇ ਗੁਰ ਇਤਿਹਾਸ ਤੇ ਹਮਲਾ, ਕਦੇ ਬੋਲੀ ਵਿਰਸੇ ਤੇ ਹਮਲਾ ਕਰਵਾਏ ਦਿੱਲੀਏ, ਜ਼ਾਲਮਾਂ ਤਾਂ ਹੀ ਇੱਥੇ ਅਹੁਦੇਦਾਰੀਆਂ ਨੇ, ਮਸੂਮਾਂ ਮਜ਼ਲੂਮਾਂ ਨੂੰ ਸੂਲੀ ਚੜ੍ਹਾਏ ਦਿੱਲੀਏ। ਤੂੰ ਪੈਰ ਪੈਰ ਤੇ ਸਾਨੂੰ ਬੇਪੱਤ ਕਰਕੇ, ਤੂੰ ਪੈਰ ਪੈਰ ਤੇ ਸਾਨੂੰ ਬੇਪੱਤ ਕਰਕੇ, ਗੁਲਾਮ ਹੋਣ ਦਾ ਅਹਿਸਾਸ ਕਰਵਾਏ ਦਿੱਲੀਏ, ਅਸੀਂ ਸਰਬੱਤ ਦਾ ਭਲਾ ਨਿੱਤ ਮੰਗਦੇ, ਤੂੰ ਗੰਦੇ ਤੋਂ ਗੰਦਾ ਰੋਲ ਨਿਭਾਏ ਦਿੱਲੀਏ, ਅਸੀਂ ਸਰਬੱਤ ਦਾ ਭਲਾ ਨਿੱਤ ਮੰਗਦੇ, ਤੂੰ ਗੰਦੇ ਤੋਂ ਗੰਦਾ ਰੋਲ ਨਿਭਾਏ ਦਿੱਲੀਏ, ਵੇਖ ਤੂੰ ਗੰਦੇ ਤੋਂ ਗੰਦਾ ਰੋਲ ਨਿਭਾਏ ਦਿੱਲੀਏ। ਲਿਖਿਆ ਵੇ, ਤੂੰ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਕਹਿਣੋ ਨਾ ਬਾਜ਼ ਆਵੇਂ, ਤੂੰ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਕਹਿਣੋ ਨਾ ਬਾਜ਼ ਆਵੇਂ, ਬਸ ਇਹੀ ਅੜੀ ਤੇਰੇ ਸਿਰ 'ਚ ਅੜੀ ਦਿੱਲੀਏ, ਸਹਿਣਸ਼ੀਲ ਹੋਣ ਲਈ ਨਿਤ ਕਰੇ ਭਾਸ਼ਣ, ਆਪ ਸੱਤਵੇਂ ਅਸਮਾਨ ਰਹਿੰਦੀ ਹੈ ਚੜੀ ਦਿੱਲੀਏ। ਲਿਖਿਆ ਬਈ, ਚਰਖੜੀ ਚੜ੍ਹਨ ਤੋਂ ਤੈਨੂੰ ਭੈ ਆਵੇ, ਚਰਖੜੀ ਚੜ੍ਹਨ ਤੋਂ ਤੈਨੂੰ ਭੈ ਆਵੇ, ਤੂੰ ਚਰਖੇ ਨੂੰ ਸਮਝਿਆ ਹਥਿਆਰ ਦਿੱਲੀਏ, ਸਾਨੂੰ ਸਤਿਗੁਰਾਂ ਸਰਦਾਰੀ ਆਪ ਬਖਸ਼ੀ, ਤੂੰ ਗੁਲਾਮੀ ਸੀ ਕੀਤੀ ਸਵੀਕਾਰ ਦਿੱਲੀਏ, ਸਾਨੂੰ ਸਤਿਗੁਰਾਂ ਸਰਦਾਰੀ ਆਪ ਬਖਸ਼ੀ, ਤੂੰ ਗੁਲਾਮੀ ਸੀ ਕੀਤੀ ਸਵੀਕਾਰ ਦਿੱਲੀਏ, ਵੇਖ ਤੂੰ ਗੁਲਾਮੀ ਸੀ ਕੀਤੀ ਸਵੀਕਾਰ ਦਿੱਲੀਏ। ਸ਼ਰਮਾ ਜੀ, ਆਖਰੀ ਬੰਦ ਪੜ੍ਹ ਕੇ ਤੁਹਾਡੇ ਤੋਂ ਖਿਮਾ ਵੀਰ ਜੀ, ਬਈ ਸਾਨੂੰ ਮਾਰ ਮੁਕਾਉਣ ਵਾਲੇ ਆਪ ਰਹੇ ਮੁੱਕਦੇ, ਸਾਨੂੰ ਮਾਰ ਮੁਕਾਉਣ ਵਾਲੇ ਆਪ ਰਹੇ ਮੁੱਕਦੇ, ਅਸੀਂ ਲਾਲ ਕਿਲੇ ਤੇ ਝੰਡੇ ਲਹਿਰਾਏ ਦਿੱਲੀਏ, ਉਹਦੇ ਨਿਯਮ ਨੂੰ ਹਰਦਮ ਯਾਦ ਰੱਖੀ, ਸੱਚੀਆਂ ਅੱਗੇ ਸੀ ਝੂਠੇ ਗਿੜਗੜਾਏ ਦਿੱਲੀਏ। ਠੀਕ ਹੈ ਪੁਗਲ ਜੀ, ਬਹੁਤ ਬਹੁਤ ਬਿਹਤਰ। ਤੂੰ ਕਹਿਨੀ ਹੈ, ਆਖਰੀ ਦੋ ਲਾਈਨਾਂ ਨੇ ਜੀ, ਤੂੰ ਕਹਿਨੀ ਹੈ ਮੈਂ ਸਿੱਖ ਤੇ ਸਿੱਖੀ ਮੁਕਾ ਦੇਣੀ, ਤੂੰ ਕਹਿਨੀ ਹੈ ਮੈਂ ਸਿੱਖ ਤੇ ਸਿੱਖੀ ਮੁਕਾ ਦੇਣੀ, ਐਸੇ ਦਾਅਵੇ ਪਹਿਲਾਂ ਵੀ ਲੋਕਾਂ ਫਰਮਾਏ ਦਿੱਲੀਏ, ਓਏ
ਰਾਜਨੀਤੀ ਹੋਵੇ ਤਾਂ ਤਾਂ ਮੁਲਕ ਹਮੇਸ਼ਾ ਤਰੱਕੀ ਕਰਦਾ, ਵਿਕਾਸ ਉਹਨੂੰ ਵਿਕਾਸ ਕਹਿੰਦੇ ਨੇ। ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ ਪੁਗਲ ਜੀ, ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ, ਸਮਾਂ ਦੇਣ ਦਾ, ਸ਼ਾਬਾਸ਼, ਬਹੁਤ ਅੱਛਾ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸੀਗੇ ਸਾਡੇ ਜਿਹੜੇ ਦਰਸ਼ਕ ਨੇ UK ਤੋਂ, ਆਪਣੀ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਸੀ ਇਸ ਟੋਪਿਕ 'ਤੇ, ਇਸ ਜੋ ਆਪਣੀ ਸ਼ਰਧਾ ਜੋ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਸੀਗੇ, ਉਹਨਾਂ ਨੇ ਇਸ ਦਾ ਜ਼ਿਕਰ ਕੀਤਾ। ਲੇਕਿਨ ਅਸੀਂ ਜੋ ਗੱਲ ਕਰ ਰਹੇ ਹਾਂ ਕਿ ਜਿਹੜੀ ਸਿਆਸਤ ਹੈ ਸਾਡੀ, ਜਿਹੜੀ ਸਿਆਸਤਦਾਨ ਨੇ, ਉਹ ਜਿਹੜਾ ਸਿੱਖ ਨਸਲਕੁਸ਼ੀ ਦਾ ਮਾਮਲਾ 1984 ਵਾਲਾ, ਉਸ ਦੇ ਉੱਤੇ ਸਿਆਸਤ ਕਿਉਂ ਕਰਦੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਅਸੀਂ ਇਹ ਗੱਲ ਕੀਤੀ ਕਿ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਨੇ, ਜਦੋਂ ਇਲੈਕਸ਼ਨਸ ਹੁੰਦੇ ਨੇ, ਤਦ ਤਾਂ ਇਸ ਬਾਰੇ ਗੱਲ ਕੀਤੀ ਜਾਂਦੀ ਹੈ, ਲੇਕਿਨ ਉਸ ਤੋਂ ਬਾਅਦ ਇਹਦਾ ਜ਼ਿਕਰ ਵੀ ਨਹੀਂ ਹੁੰਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ ਇਹਨੂੰ ਰੀਇਨਵੈਸਟੀਗੇਟ ਕਰਾਵਾਂਗੇ ਕੇਸ ਨੂੰ, ਔਰ ਉਹ ਉਹਨਾਂ ਨੇ ਨਹੀਂ ਕਰਾਇਆ ਅਜੇ ਤੱਕ, ਸ਼ੁਰੂਆਤ ਉਹਦੀ ਕੋਈ ਲੱਗਦਾ ਨਹੀਂ ਹੋਈ ਹੈ। ਔਰ ਜਿਹੜੇ ਮੋਦੀ ਦੇ ਔਰ ਰਾਹੁਲ ਗਾਂਧੀ ਦੇ ਜਿਹੜੇ ਅੱਜ ਦੇ ਟਵੀਟ ਸੀਗੇ, ਉਹਨਾਂ ਦੇ ਵਿੱਚ 1984 ਸਿੱਖ ਨਸਲਕੁਸ਼ੀ ਦਾ ਜ਼ਿਕਰ ਤੱਕ ਨਹੀਂ ਹੈ। ਉਹ ਮੈਂ ਤੁਹਾਨੂੰ ਟਵੀਟ ਹੁਣੇ ਪੜ੍ਹ ਕੇ ਸੁਣਾਏ, ਸਾਡੇ ਦਰਸ਼ਕ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਦੇਖ ਲੈਂਦੇ ਹਾਂ। ਹੈਲੋ ਹੈਲੋ ਭਾਈ ਛੋਟੇ ਵੀਰੇ ਸ਼ਰਮਾ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੱਖਣ ਸਿੰਘ ਹਾਂਜੀ ਬੋਲਦਾ। ਮੱਖਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਮੱਖਣ ਸਿੰਘ ਜੀ ਅੱਜ ਦੇ ਇਸ ਟੌਪਿਕ 'ਤੇ? ਅੱਜ ਦੇ ਇਸ ਟੌਪਿਕ 'ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਰਾਹੁਲ ਗਾਂਧੀ ਨੂੰ ਅੱਜ ਆਪਣੀ ਦਾਦੀ ਯਾਦ ਆ ਗਈ, ਯਾਦ ਆਉਣੀ ਵੀ ਚਾਹੀਦੀ ਆ ਜੀ। ਉਹ ਦੇਖੋ ਉਹਨੂੰ ਤਾਂ ਆਪਣੀ ਦਾਦੀ ਯਾਦ ਆ ਗਈ, ਜਿਹਨਾਂ ਸੂਰਮਿਆਂ ਦੇ ਸਕਿਉਰਿਟੀ ਗਾਰਡਾਂ ਸਹਿ ਉਹਨਾਂ ਮੋਢਿਆਂ ਤੇ ਹੱਥ ਰੱਖ ਕੇ ਕਿਹਾ ਸੀ ਕਿ ਮੈਨੂੰ ਕਿਸੇ ਦਾ ਡਰ ਨਹੀਂ ਗਾ ਜੀ, ਤੇ ਉਹਨਾਂ ਨੂੰ ਤਾਂ ਫਾਂਸੀ ਚਾੜ ਦਿੱਤਾ ਗਿਆ, ਰਾਹੁਲ ਗਾਂਧੀ ਨੂੰ ਤਾਂ ਇਨਸਾਫ ਮਿਲ ਗਿਆ ਸੀ, ਹੈ ਨਾ ਕਿ ਨਹੀਂ ਜੀ? ਤੇ 34 ਸਾਲ ਹੋ ਗਏ ਜਿਹਨਾਂ ਮਾਵਾਂ ਦੇ ਸਾਹਮਣੇ, ਜਿੱਦਾਂ ਕਹਿੰਦੇ ਹੁੰਦੇ ਵੀ ਗਲਾਂ 'ਚ ਟਾਇਰ ਪਾ ਪਾ ਕੇ ਸਾਹਮਣੇ ਉਹਨਾਂ ਦੇ ਪੁੱਤਾਂ ਨੂੰ ਸਾੜ ਦਿੱਤਾ ਗਿਆ, ਉਹਨਾਂ ਨੂੰ ਹਾਲੇ ਤਾਈਂ ਇਨਸਾਫ਼ ਨਹੀਂ ਮਿਲਿਆ। ਰਾਹੁਲ ਗਾਂਧੀ ਨੂੰ ਤਾਂ ਇਨਸਾਫ਼ ਮਿਲ ਗਿਆ, ਮੋਦੀ ਨੇ ਵੀ ਸ਼ਰਧਾਂਜਲੀ ਪੇਸ਼ ਕਰ ਦਿੱਤੀ ਆ, ਚਲੋ ਠੀਕ ਹੈ ਉਹਨੇ ਕਰਨੀ ਸੀ। ਤੇ ਪਰ ਜਿਹੜੀਆਂ ਮਾਵਾਂ ਨੂੰ ਹਾਲੇ ਤਾਈਂ ਇਨਸਾਫ਼ ਨਹੀਂ ਮਿਲਿਆ, ਮੈਂ ਉਹਨਾਂ ਤੇ 4 ਲਾਈਨਾਂ ਤੁਹਾਨੂੰ ਕਹਿਣ ਲੱਗਾ। ਡਾਢਾ ਪੁੱਤ ਦਾ ਇਹ ਬਲਵੀਰ ਜਲਾਲਾਬਾਦੀ ਦੀ ਕਵਿਤਾ ਬਹੁਤ ਦੇਖੋ ਸੁਣਨ ਵਾਲੀ ਆ, ਉਹਨੇ ਇੱਥੇ ਲਿਖੀ ਕਿ ਡਾਢਾ ਪੁੱਤ ਦਾ ਵਿਛੋੜਾ ਸਹਿਣਾ, ਰੱਬਾ ਤੂੰ ਵੇਖੇ ਮਾਂ ਬਣ ਕੇ। ਜਿਹੜੀਆਂ ਹਜ਼ਾਰਾਂ ਮਾਵਾਂ ਅੱਜ ਦਿੱਲੀ ਚ, ਕਈ ਤਾਂ ਵਿਚਾਰੀਆਂ ਮੇਰਾ ਖਿਆਲ ਪੂਰੀਆਂ ਹੋ ਗਈਆਂ ਕਿ ਰੋਂਦੀਆਂ ਹੱਲੇ ਦੇ ਕਰ ਲੈਂਦੀਆਂ ਜੀ ਜੀ। ਕਹਿੰਦਾ ਗੋਦ ਤੱਤੜੀ ਲੁੱਟ ਕੇ ਜੋ ਖਾ ਲਈ ਤੂੰ, ਜਦੋਂ ਇਨਸਾਫ਼ ਨਾ ਮਿਲੇ ਫਿਰ ਉਹ ਰੱਬ ਨੂੰ ਕਹਿੰਦੀਆਂ। ਹੈਲੋ ਹਾਂਜੀ। ਜਦੋਂ ਮਮਤਾ ਸੀ ਨੀਆਂ ਚ ਵਿਛਾ ਲਈ ਤੂੰ, ਰੁੱਖੋਂ ਤੋੜ ਲਈਆਂ ਛਾਵਾਂ, ਉਹ ਰੋਂਦੀਆਂ ਜਾਗਦੀਆਂ ਮਾਵਾਂ, ਪੁੱਤ ਹੁੰਦੇ ਨੇ ਉਮਰ ਦਾ ਗਹਿਣਾ ਜੀ ਜੀ। ਰੱਬਾ ਤੂੰ ਵੇਖੇ ਮਾਂ ਬਣ ਕੇ। ਕਹਿੰਦਾ ਖਾਣ ਵੱਡ ਵੱਡ ਸੋਚਾਂ ਹੋਈ ਭੁੱਜ ਕੇ ਮੈਂ ਕੋਲਾ, ਉਹ ਜਿਵੇਂ ਚੂੰਡੇ ਮਰਦਾਰ ਕੋਈ ਗਿਰਜਾਂ ਦਾ ਟੋਲਾ ਜੀ। ਉਹ ਗਿਰਜਾਂ ਦੇ ਟੋਲਿਆਂ ਨੇ ਕਿੱਦਾਂ ਸਾਡੇ, ਜਿੱਦਾਂ ਕਹਿੰਦੇ ਹੁੰਦੇ ਆ ਮਾਵਾਂ ਦੇ ਪੁੱਤ, ਉਹਨਾਂ ਨੇ ਇੱਕਦਮ ਗਲਾਂ 'ਚ ਟਾਇਰ ਪਾ ਕੇ ਸਾੜੇ ਉਸ ਟਾਈਮ, ਉਹ ਰਾਹੁਲ ਗਾਂਧੀ ਨੂੰ ਯਾਦ ਨਹੀਂ ਗਏ ਅੱਜ ਦੀਆਂ, ਜਿੱਦਾਂ ਕਹਿੰਦੇ ਹੁੰਦੇ 34 ਸਾਲ ਹੋ ਗਏ ਆ ਜੀ ਜੀ। ਠੀਕ ਹੈ ਮੱਖਣ ਜੀ, ਹੋਰ ਚੰਦਰੀ ਨਾ ਦੋ ਲਾਈਨਾਂ ਹੋਰ ਕਰਾਂਗੇ, ਬ੍ਰੇਕ ਦਾ ਟਾਈਮ ਸਮਾਂ ਹੋ ਗਿਆ ਜੀ, ਸਮਾਂ ਬਹੁਤ ਘੱਟ ਹੈ, ਬਹੁਤ ਸਾਰੇ ਲੋਕ ਵੇਟ ਕਰ ਰਹੇ। ਦੋ ਦੱਸੋ ਕਿੱਦਾਂ ਵਾਈਂਡ ਅਪ ਕਰਨਾ ਚਾਹੋਗੇ? ਦੋ ਚੰਦਰੀ ਦੱਸੋ ਜੀ। ਹਾਂਜੀ, ਤਾਂ ਚੰਦਰੀ ਨਾ ਮੁੱਕੇ ਲੂਣ ਜਗਮਾਂ ਤੇ ਭੁੱਖੇ, ਮੇਰੇ ਖਾ ਗਈਆਂ ਮੁਕੱਦਰਾਂ ਨੂੰ ਡੈਣਾ, ਰੱਬਾ ਤੂੰ ਵੇਖੇ ਮਾਂ ਬਣ ਕੇ, ਡਾਢਾ ਪੁੱਤ ਦਾ ਵਿਛੋੜਾ ਕਹਿਣਾ। ਚਲੋ ਮੈਂ ਇੰਨਾ ਹੀ ਕਹਿਣਾ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇੱਕ ਮਾਂ ਦੇ ਦਰਦ ਨੂੰ ਜਿਹੜੀ ਆਪਣੀ ਕਵਿਤਾ ਦੇ ਰਾਹੀਂ ਬਿਆਨ ਕੀਤਾ, ਜਿਹਨਾਂ ਦੇ ਬੱਚੇ 1984 ਸਿੱਖ ਨਸਲਕੁਸ਼ੀ 'ਤੇ ਮਾਰੇ ਗਏ ਸੀਗੇ, ਔਰ ਅੱਜ ਉਹ ਕਿਸ ਤਰ੍ਹਾਂ ਅਥਰੂਆਂ ਨਾਲ ਉਹਨਾਂ ਬੱਚਿਆਂ ਨੂੰ ਯਾਦ ਕਰਦੇ ਹੋਣਗੇ, ਇਹਨਾਂ ਦਾ ਜ਼ਿਕਰ ਕੀਤਾ। ਲੇਕਿਨ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ 1984 ਸਿੱਖ ਨਸਲਕੁਸ਼ੀ ਦਾ ਮਾਮਲਾ ਹੈ, ਉਹਦੇ 'ਤੇ ਸਿਆਸਤ ਕਿਉਂ ਹੋ ਰਹੀ ਹੈ, ਔਰ 34 ਸਾਲ ਤੱਕ ਇਹਦਾ ਇਨਸਾਫ਼ ਅਜੇ ਤੱਕ ਕਿਉਂ ਨਹੀਂ ਮਿਲਿਆ? ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅਜੀ ਅਸੀਂ ਅੱਜ ਗੱਲ ਕਰ ਰਹੇ ਹਾਂ 1984 ਸਿੱਖ ਨਸਲਕੁਸ਼ੀ ਦਾ, 31 ਅਕਤੂਬਰ ਦੇ ਨਾਲ ਰਿਲੇਵੈਂਸ ਹੈ, ਅਸੀਂ ਕਿ ਅੱਜ ਇਸੇ ਟੋਪਿਕ ਲਈਏ, ਔਰ ਘੱਟ ਤੋਂ ਘੱਟ ਮੀਡੀਆ ਦੀ ਜੋ ਜ਼ਿੰਮੇਦਾਰੀ ਬਣਦੀ ਹੈ, ਜੋ ਸਾਡੀ ਜ਼ਿੰਮੇਦਾਰੀ ਬਣਦੀ ਹੈ ਇਸ ਟੋਪਿਕ ਨੂੰ ਸਾਹਮਣੇ ਲੈ ਕੇ ਆਉਣ ਦੀ, ਔਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ, ਜਿਹੜੇ ਬੇਗੁਨਾਹ ਲੋਕ, ਜਿਹੜੇ ਬੇਗੁਨਾਹ ਸਿੱਖ ਨੌਜਵਾਨ ਉਸ ਦੌਰਾਨ ਮਾਰੇ ਗਏ ਸੀਗੇ, 31 ਅਕਤੂਬਰ 1984 ਤੋਂ ਲੈ ਕੇ 3 ਨਵੰਬਰ ਤੱਕ ਜੋ ਕੁਛ ਹੋਇਆ ਉਸ ਨੂੰ ਲੈ ਕੇ ਅਸੀਂ ਘਟਨਾਕ੍ਰਮ ਨੂੰ ਯਾਦ ਕਰ ਰਹੇ ਹਾਂ, ਔਰ ਅੱਜ ਇਹ ਦੇਖਣਾ ਚਾਹ ਰਹੇ ਹਾਂ ਕਿ ਜਿਹੜਾ ਇਸ 'ਤੇ ਲੈ ਕੇ ਇੰਨੀ ਸਿਆਸਤ ਕਿਉਂ ਹੋ ਰਹੀ ਹੈ, ਔਰ 34 ਸਾਲ ਹੋ ਗਏ ਅਜੇ ਤੱਕ ਇਸ ਕੇਸ 'ਚ ਇਨਸਾਫ਼ ਕਿਉਂ ਨਹੀਂ ਮਿਲਿਆ, ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਕੀ ਕਹਿਣਾ ਚਾਹੁੰਦੇ ਨੇ ਆਓ ਸੁਣਦੇ ਹਾਂ। ਹੈਲੋ 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 ਜੀ, ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਿੰਦਰ ਸਿੰਘ ਰੰਧਾਵਾ। ਹਾਂਜੀ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਜੀ?
ਅਸੀਂ ਮੈਂ ਬੜੀ ਦੁਖੀ ਮਨ ਦੇ ਨਾਲ ਸ਼ਰਧਾਂਜਲੀ ਆਪਾਂ ਜਿਵੇਂ ਦੇ ਰਹੇ ਹਾਂ ਤੇ ਜਦੋਂ ਇਹ ਦਿਨ ਆਉਂਦਾ ਬਹੁਤ ਹੀ ਮਨ ਖਰਾਬ ਹੁੰਦਾ ਕਿ ਉਸ ਵਕਤ ਸਾਡੇ ਨਿਰਦੋਸ਼ ਸਿੱਖਾਂ ਦੇ ਨਾਲ ਏਦਾਂ ਕਿਉਂ ਹੋਇਆ। ਤੇ ਮੇਰੇ ਖਿਆਲ ਵਿੱਚ ਜੇ ਉਸ ਵੇਲੇ ਦਾ ਪ੍ਰਸ਼ਾਸਨ ਤੇ ਗਵਰਨਮੈਂਟ ਬਹੁਤ ਜਲਦੀ ਨਾਲ ਐਕਸ਼ਨ ਲੈ ਲੈਂਦੇ ਤਾਂ ਬਹੁਤ ਸਾਰਾ ਨੁਕਸਾਨ ਹੁਣ ਬਚ ਜਾਣਾ ਸੀ। ਬੇਸ਼ੱਕ ਤੁਸੀਂ 2007-2007-2013 ਦਾ ਫਿਗਰ ਦਿੱਤਾ, ਪਰ ਜਿਹੜੇ ਕੁਛ ਮੈਂ ਬੁੱਕਸ ਪੜ੍ਹੀਆਂ ਸੀਗੀਆਂ ਇਹਦੇ ਬਾਰੇ ਉਹ ਫਿਗਰ ਬਹੁਤ ਹਾਈ ਦੱਸ ਰਹੇ ਆ, ਕਈਆਂ ਨੇ ਤਾਂ 10,000 ਤੱਕ ਦਿੱਲੀ ਦੇ ਵਿੱਚ ਮੈਂ ਕਹੂੰਗਾ ਹਰ ਇਨਸਾਨ ਹਰ ਇੰਡੀਅਨ ਬੰਦਾ ਤੀਜੇ ਮੈਟਰ ਕਿਹੜੇ ਧਰਮ ਨਾਲ ਆ, ਤੀਜੇ ਮੈਟਰ ਕਿਹੜੀ ਪਾਰਟੀ ਨਾਲ ਆ, ਇਹਨਾਂ ਤੋਂ ਉੱਚਾ ਉੱਠ ਕੇ ਜਿਹੜੀਆਂ ਵੀ ਸੰਸਥਾਵਾਂ ਨਾ ਇਹਦੇ ਵਿੱਚ ਇਨਸਾਫ ਦਿਵਾਉਣ ਲਈ ਕੰਮ ਕਰ ਰਹੀਆਂ। ਆਪਣੇ ਫੁਲਕਾ ਸਾਹਿਬ ਬੜੇ ਹੀ ਵਧੀਆ ਬੁਲਾਰੇ ਆ, ਬੜੇ ਵਧੀਆ ਵਕੀਲ ਆ ਉਹਨਾਂ ਦੀ, ਬੇਸ਼ੱਕ ਉਹ ਕਿਸੇ ਪਾਰਟੀ ਚ ਵੀ ਇਹਦਾ ਫਿਕਰ ਨਾ ਕਰੋ, ਰਾਈਟ। ਇਸੇ ਤਰ੍ਹਾਂ ਮੇਰੇ ਖਿਆਲ ਆਪਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਵੀ ਕਾਫੀ ਕੰਮ ਕਰ ਰਹੇ ਆ ਤੇ ਹੋਰ ਵੀ ਕਰਦੇ ਹੋਣਗੇ, ਲੇਕਿਨ ਆਪਾਂ ਆਪਣੇ ਫਰਕ ਮਿਟਾ ਕੇ ਉਹ ਜਿਹੜੀਆਂ ਜਾਨਾਂ ਵਿਚਾਰੀਆਂ ਚਲੀਆਂ ਗਈਆਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਾਂ। ਸੱਚੀ ਸ਼ਰਧਾਂਜਲੀ ਉਹੀ ਆ ਜੇ ਅਸੀਂ ਉਹ ਲੋਕਾਂ ਨੂੰ ਸਜ਼ਾ ਦੇ ਸਕੀਏ ਜਿਹਨਾਂ ਨੇ ਇਹ ਕਾਰਾ ਕੀਤਾ। ਤੇ ਦੂਸਰੀ ਗੱਲ ਇਨਸਾਫ ਜਿਹੜੀਆਂ ਪਰਿਵਾਰ ਉਹਨਾਂ ਦੇ ਪਿੱਛੇ ਆ ਉਹਨਾਂ ਨੂੰ ਉਹਦੀ ਫੁੱਲ ਕੰਪਨਸੇਸ਼ਨ ਦਿੱਤੀ ਜਾਵੇ ਕਿ ਤਾਂ ਕਿ ਉਹ ਵਿਚਾਰੇ ਆਪਣੇ ਆਰਾਮ ਨਾਲ ਜ਼ਿੰਦਗੀ ਕੱਟ ਸਕਣ। ਤੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕਿ ਅਗਰ ਤੁਸੀਂ ਕੋਈ ਵੀ ਇੱਥੋਂ ਸ਼ੁਰੂ ਕਰੋ ਨਾ ਉਹਨਾਂ ਪਰਿਵਾਰਾਂ ਦੀ ਹੈਲਪ ਕਰਨ ਤਾਂ ਆਪਾਂ ਬਹੁਤ ਵੱਧ ਚੜ੍ਹ ਕੇ ਤੁਹਾਡੀ ਹੈਲਪ ਕਰਾਂਗੇ ਤਾਂ ਕਿ ਅਸੀਂ ਉਹਨਾਂ ਤੋਂ ਅਸੀਂ ਫੰਡ ਪਹੁੰਚਾ ਸਕੀਏ। ਤੇ ਦੂਸਰੀ ਗੱਲ ਹੁੰਦੀ ਆ ਜਦੋਂ ਵੀ ਇਹਦਾ ਕੋਈ ਕਰਦਾ ਆ, ਮੈਂ ਅੱਗੇ ਇੱਕ ਦਿਨ ਹੁਣ ਆਪਣੇ ਮਜ਼ਾਰਾ ਜੋ ਵੀ ਹੋਣਾ ਦਿਖਾਵਾ ਹੋਣਾ ਇੱਕ ਆਪਣੇ ਹੀ ਬੰਦੇ ਨੇ ਪੰਜਾਬ ਤੋਂ ਇੱਕਦਮ ਉਸੇ ਦਿਨ ਉਹਨੂੰ ਉਹਨਾਂ ਡਿਫਿਊਜ਼ ਕਰਨ ਲਈ ਕਿ ਲਓ ਜੀ ਇਸੇ ਗੱਲ ਕੀ ਕਰ ਰਿਹਾ ਕਰਕੇ ਵੋਟਾਂ ਕਰ ਲੈਣੀਆਂ ਜਾਂ ਕੁਛ ਵੀ ਹੈ ਨਾ। ਪਰ ਮੈਂ ਕਹੂੰਗਾ ਜਿਹੜਾ ਬੰਦਾ ਨਾ ਇਸ ਕੰਮ ਵਿੱਚ ਕੁਛ ਕਰਦਾ ਉਹਨੂੰ ਉਹਦੇ ਤੜਿੱਕਾ ਨਾ ਬਣੋ। ਹੋ ਸਕਦਾ ਉਹਨਾਂ ਦੀ ਪਾਰਟੀ ਦਾ ਡਿਸਿਪਲਿਨ ਹੈ ਕਿਉਂਕਿ ਉਸ ਵੇਲੇ ਕਾਂਗਰਸ ਪਾਰਟੀ ਸੀ, ਹੋ ਸਕਦਾ ਕਾਂਗਰਸ ਇਸ ਕਰਕੇ ਇਹਦੇ ਵਿੱਚ ਨਹੀਂ ਹਿੱਸਾ ਦੇਣਾ ਚਾਹੁੰਦੇ, ਚਲੋ ਨਾ ਬਣਨ ਕੋਈ ਨੀ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਵਿੱਚ ਆ ਰਹੀ ਹੈ ਇਹਦੇ, ਹਨਾ। ਤੇ ਇੱਕ ਹੋਰ ਮੈਂ ਸ਼ਾਇਦ ਮੇਰੀ ਸੋਚ ਆ ਕਿ ਆਪਣਾ ਜਿੱਦਾਂ ਹੁਣ ਬਲਗਾੜੀ ਮੋਰਚਾ ਲੱਗਾ ਹਨਾ, ਤੇ ਉਹ ਤੋਂ ਗਵਰਨਮੈਂਟ ਡਰ ਵੀ ਰਹੀ ਆ। ਤੇ ਅਗਰ ਕਿਉਂਕਿ ਜਾਨਾਂ ਤਾਂ ਸੇਮ ਹੀ ਆ, ਇਹ ਜਿਹੜੇ ਦਿੱਲੀ ਦਾ ਇਨਸਾਫ਼ ਆ ਦਿੱਲੀ ਦੇ ਸਿੰਘਾਂ ਦਾ ਇੰਨੀਆਂ ਜਾਨਾਂ ਗਈਆਂ ਉਹਦਾ ਜਿਹੜਾ ਇਨਸਾਫ਼ ਲੈਣਾ ਉਹ ਵੀ ਇਹਦੇ 'ਚ ਐਡ ਕਰ ਦਿੱਤਾ ਜਾਵੇ, ਰਾਈਟ। ਤਾਂ ਕਿ ਤੁਸੀਂ ਹੁਣ ਆਪਾਂ ਲਾਇਆ ਤਾਂ ਹੈਗਾ ਹੀ ਆ ਜਦੋਂ ਲੱਗੀ ਜਾਂਦੇ ਤਾਂ ਕਿ ਦਿੱਲੀ ਦੇ ਹਾਂ ਬਲਗਾੜੀ ਦੇ ਜਿਹੜੇ ਇੱਥੇ ਹੋਏ ਆ ਸ਼ਹੀਦ ਆਪਣੇ ਸਿੱਖ ਤੇ ਜਿਹੜੇ ਦਿੱਲੀ 'ਚ ਹੋਏ ਆ ਉਹ ਵੀ ਵਿੱਚ ਐਡ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਦੋਸ਼ੀ ਆ ਉਹ ਬਚ ਨਾ ਸਕਣ ਜੀ। ਹਾਂਜੀ, ਤੇ ਮੇਰਾ ਖਿਆਲ ਆ ਕਿ ਗਵਰਨਮੈਂਟ ਨੂੰ ਹਿਲਜੁਲ ਕਰਨੀ ਪੜੇਗੀ ਪਊਗੀ ਕਿ ਇੰਨੇ ਇਕੱਠ ਵਿੱਚ ਲੋਕੀ ਹਰ ਰੋਜ਼ ਇਹਨਾਂ ਇਹਦੇ ਬਾਰੇ ਵੀ ਮੇਰਾ ਮਤਲਬ ਇਸ ਚੀਜ਼ ਨੂੰ ਵੀ ਅਸੀਂ ਭੁੱਲੀਏ ਨਾ। ਪਤਾ ਵੀ ਲੱਗਾ ਸੀ ਕਿ ਕੁਛ ਲੋਕ ਜਿਹੜੇ ਉਹਨਾਂ ਦੇ ਗਵਾਹ ਆ ਨਾ, ਉਹਨਾਂ ਦੇ ਪਰਿਵਾਰਾਂ ਦੇ ਗਵਾਹ ਆ, ਜਾਂ ਉਹਨਾਂ ਨੂੰ ਹਰ ਤਰ੍ਹਾਂ ਉਹਨਾਂ ਨੂੰ ਗਵਾਹਾਂ ਨੂੰ ਤੋੜ ਲਿਆ ਗਿਆ, ਚਾਹੇ ਉਹਨਾਂ ਨੂੰ ਪੈਸੇ ਦੇ ਕੇ ਜਾਂ ਡਰਾ ਕੇ ਉਹਨਾਂ ਨੂੰ ਮੁਕਰਵਾ ਦਿੱਤਾ ਗਿਆ। ਇਸ ਕਰਕੇ ਉਹ ਜਿਹੜੇ ਦੋਸ਼ੀ ਆ ਨਾ ਅੱਜ ਵੀ ਘੁੰਮਦੇ ਆ, ਕਈ ਤਾਂ ਮਿਨਿਸਟਰ ਵੀ ਬਣੇ ਉਹ ਤੋਂ ਬਾਅਦ ਚ। ਸੋ ਅਸਲੀ ਉਹ ਪ੍ਰੋਬਲਮ ਆ ਇਹਨਾਂ ਪਾਰਟੀਆਂ ਦੀ ਕਿ ਅਗਰ ਇਹਨਾਂ ਨੂੰ ਸਜ਼ਾ ਦੇ ਦਿੱਤੀ ਗਈ ਤਾਂ ਸਾਡਾ ਨਾ ਜਿਹੜਾ ਵੋਟ ਬੈਂਕ ਹੈ ਜਾਂ ਸਾਡੀ ਇਹਨਾਂ ਬਦਨਾਮੀ ਬਹੁਤ ਹੋਣੀ ਆ। ਠੀਕ ਹੈ ਜੀ, ਰੰਧਾਵਾ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਵੋਟ ਬੈਂਕ ਦੀ ਸਿਆਸਤ ਹੈ ਬਸ? ਠੀਕ ਹੈ ਜੀ, ਬਸ ਸਿਆਸਤ ਹੈ ਜੀ ਸਾਰੀ। ਹਾਂਜੀ, ਮੈਂ ਫਿਰ ਵੀ ਮੈਂ ਉਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਦਰਦ ਬਣਾਉਣਾ ਚਾਹੁੰਦਾ ਜਿਹਨਾਂ ਵਿਚਾਰਿਆਂ ਦੇ ਤਾਂ ਬਹੁਤ ਹੀ ਭਿਆਨਕ ਟਾਈਮ ਆਇਆ ਸੀਗਾ। ਚੰਗਾ ਜੀ ਸ਼ਰਮਾ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਥੈਂਕ ਯੂ ਰੰਧਾਵਾ ਜੀ, ਥੈਂਕਸ ਫੋਰ ਸ਼ੇਅਰਿੰਗ ਯੋਰ ਵਿਊਜ਼ ਔਰ ਟ੍ਰਿਬਿਊਟ ਦੇਣ ਵਾਸਤੇ ਉਹਨਾਂ
ਜਿਹੜੇ ਮਾਰੇ ਗਏ ਸੀ 1984 ਸਿੱਖ ਨਸਲਕੁਸ਼ੀ ਤੇ, ਅਸੀਂ ਵੀ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਔਰ ਇਹ ਵੀ ਦੱਸਣਾ ਚਾਹ ਰਹੇ ਕਿ ਜਿਹੜੇ ਸਾਡੀ ਸਿਆਸੀ ਪਾਰਟੀਆਂ ਨੇ, ਜਿਹੜੇ ਸਿਆਸਤਦਾਨ ਨੇ, ਉਹ ਉਹਨਾਂ ਨੂੰ ਕਿੱਦਾਂ ਭੁਲਾ ਕੇ ਬੈਠੇ ਹੋਏ ਆ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਸ਼ਰਮਾ ਸਾਹਿਬ, ਮੱਖਣ ਸਿੰਘ ਬੋਲਦਾ ਜੀ ਆਪਣੇ। ਸਤਿ ਸ਼੍ਰੀ ਅਕਾਲ ਜੀ, ਕਿਹੜੇ ਸ਼ਹਿਰ ਤੋਂ ਬੋਲ? ਲੰਡਨ ਤੋਂ। ਹਾਂਜੀ ਹਾਂਜੀ ਮੱਖਣ ਜੀ, ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਟੌਪਿਕ ਤੇ? ਜੀ ਟੌਪਿਕ ਜਿਹੜਾ ਤੁਸੀਂ ਮੁੱਦਾ ਲੈ ਕੇ ਅੱਜ ਦਾ ਟੌਪਿਕ ਲਿਆ ਗਿਆ ਬਹੁਤ ਹੀ ਦਰਦ ਭਰਿਆ ਤੇ ਦੁਖਦਾਈ ਘਟਨਾ ਜਿਹੜੀ ਹੋਈ ਆ ਜੀ, ਤੇ ਚਲੋ ਜਿਹੜੀ ਹੋ ਗਈ ਉਹ ਹੋ ਗਈ ਸ਼ਰਮਾ ਸਾਹਿਬ, ਗੱਲ ਅੱਗੇ ਵਾਲੀ ਜਿਹੜੀ ਆ ਤੁਸੀਂ ਉਹ ਕਹਿ ਚੁੱਕ ਰਹੇ ਹੋ ਤੇ ਬਹੁਤ ਹੀ ਵਧੀਆ ਲੱਗਾ ਵੀ। ਦੇ 34 ਕੋਈ ਸਾਲ 6 ਮਹੀਨੇ ਜਾਂ 2-4 ਸਾਲ ਦੀ ਗੱਲ ਨਹੀਂ ਗਈ, ਇੱਕ 34 ਸਾਲ ਇੱਕ ਬੰਦੇ ਦੀ ਉਮਰ ਦਾ ਪਾਠ ਜਿਹੜਾ ਆ ਉਹ ਲੰਘ ਜਾਂਦਾ ਇਹਨਾਂ ਟਾਈਮ ਦੇ ਵਿੱਚ, ਤੇ ਇਨਸਾਫ ਨਹੀਂ ਮਿਲਿਆ ਹੈਗਾ। ਤੇ ਨੰਬਰ ਤੋਂ ਜਿਹੜੀ ਆਪਾਂ ਗਵਾਹਾਂ ਦੀ ਜਾਂ ਦੂਜੀ ਗੱਲ ਕਰਦੇ ਹਾਂ ਨਾ ਜੀ, ਉਹ ਇੱਕ ਜੇ ਇਨਸਾਫ ਮਿਲਣਾ ਹੁੰਦਾ ਤੇ ਕਿਸੇ ਗਵਾਹੀ ਦੀ ਨਹੀਂ ਲੋੜ ਹੈਗੀ ਉੱਥੇ, ਤੇ ਕਿਸੇ ਬੰਦੇ ਦੀ ਲੋੜ ਨਹੀਂ ਹੈਗੀ, ਕਿਉਂਕਿ ਜੇ ਕੋਰਟ ਸਿੱਧਾ ਐਕਸ਼ਨ ਲਵੇ ਤੇ ਤੁਹਾਨੂੰ ਉਹਨਾਂ ਨੂੰ ਪਤਾ ਹੈ ਵੀ ਇੰਨਾ ਬੰਦਾ ਜੇ ਮਰਿਆ ਆ ਤੇ ਉਹ ਕਿਸੇ ਨੇ ਮਾਰਿਆ ਹੀ ਆ ਜੀ, ਉਹ ਕੋਈ ਆਪਣੇ ਆਪ ਨਹੀਂ ਮਰਿਆ, ਨਾ ਉੱਥੇ ਬਿਮਾਰੀ ਫੈਲੀ ਸੀ, ਜਿਹੜਾ ਇੰਨਾ ਬੰਦਾ ਮਰ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਆ ਗਿਆ ਨਾ ਜੀ ਜੀ, ਜੇ ਬੰਦੇ ਨਾਲ ਹੈਪਨ ਹੋਇਆ ਆ ਜੀ ਤੇ ਉਹ ਕੀਤਾ ਆ ਕਿਸੇ ਨੇ, ਠੀਕ ਹੈ ਜੀ। ਜੇ ਤੁਸੀਂ ਦੋ ਬੰਦੇ ਵੀ ਇੱਕ ਨੂੰ ਲਾਓ ਤੇ ਤਾਂ ਵੀ ਜੇ ਟਾਰਗੇਟ 10,000 ਬੰਦੇ ਦਾ, ਘੱਟੋ ਘੱਟ 20,000 ਬੰਦਿਆਂ ਨੂੰ ਫਾਇਦਾ ਲੱਗਣਾ ਚਾਹੀਦਾ, ਠੀਕ ਹੈ ਜੀ। ਜੇ ਇਨਸਾਫ਼ ਦੇਣਾ ਹੁੰਦਾ ਕਿਸੇ ਨੂੰ ਜੀ, ਇਨਸਾਨ ਦੇ ਤੌਰ ਤੇ ਇਨਸਾਫ਼ ਦੇਣਾ ਹੁੰਦਾ ਤੇ, ਲੇਕਿਨ ਉਹ ਜਦੋਂ ਕੌਮਾਂ ਨੂੰ ਜਾਂ ਮਜ਼ਹਬ ਨੂੰ ਜਾਂ ਧਰਮ ਨੂੰ ਵਿੱਚ ਲੈ ਲੈਂਦੇ ਹੋ ਤਾਂ ਹੀ ਇਨਸਾਫ਼ ਨਹੀਂ ਮਿਲਿਆ ਹੈਗਾ ਜੀ, ਕਿਉਂਕਿ ਇੱਕ ਚੀਜ਼ ਨੂੰ ਟਾਰਗੇਟ ਕੀਤਾ ਗਿਆ ਆ, ਠੀਕ ਹੈ ਜੀ। ਠੀਕ ਹੈ, ਆਪਾਂ ਮੰਨਦੇ ਹਾਂ ਪ੍ਰਾਈਮ ਮਿਨਿਸਟਰ ਦਾ ਕਤਲ ਹੋਇਆ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਲੇਕਿਨ ਬੰਦੇ ਮੌਕੇ 'ਤੇ ਫੜੇ ਗਏ ਆ ਜਿਨ੍ਹਾਂ ਨੇ ਮਾਰੀ ਆ, ਉਹਨਾਂ ਨੂੰ ਬਣਦੀ ਉਹਨਾਂ ਦੀ ਸਜ਼ਾ ਮਿਲ ਗਈ ਹੋਈ ਆ ਜੀ, ਠੀਕ ਹੈ ਜੀ। ਉਹਨਾਂ ਦੇ ਪਰਿਵਾਰ ਨੂੰ ਤਾਂ ਇਨਸਾਫ਼ ਮਿਲ ਗਿਆ ਜਿਨ੍ਹਾਂ ਦੀ ਮਰੀ ਆ, ਲੇਕਿਨ ਜਿਹੜੇ ਦੂਜਾ ਬੰਦਾ ਇੰਨਾ ਮਰ ਗਿਆ, ਸ਼ਰਮਾ ਸਾਹਿਬ ਇਕੱਲੇ 84 ਦੇ ਵਿੱਚ ਜੇ 10,000 ਬੰਦਾ ਟਾਰਗੇਟ ਰੱਖਦੇ ਹੋ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਢਾਣ ਹੋਇਆ ਆ ਉਹਦਾ ਤਾਂ ਕੋਈ ਲੇਖਾ ਜੋਖਾ ਹੈ ਨਹੀਂ, ਜਿਹੜਾ 25,000 ਬੰਦੇ ਤੱਕ ਆਪਣੇ ਜੀ ਜਿਹੜੀਆਂ ਦੇ ਜਿਹਨਾਂ ਦਾ ਕੋਈ ਹੈ ਹੀ ਨਹੀਂ, ਸ਼ਨਾਖਤ ਨਹੀਂ, ਕੋਈ 25,000 ਬੰਦਾ ਰਿਕਾਰਡ ਨਹੀਂ, ਰਿਕਾਰਡ ਹੀ ਨਹੀਂ ਜਿਹੜੀ ਆਪਣੇ ਉਹਨੇ, ਉਹ ਸਿਰਫ ਦਿੱਲੀ ਚ ਨਹੀਂ ਹੋਰ ਵੀ ਕਈ ਸ਼ਹਿਰਾਂ ਚ, ਕਾਨਪੁਰ ਚ, ਹੋਰ ਕਿੱਥੇ ਕਿੱਥੇ ਹੋਇਆ ਸੀ, ਸਾਰਾ ਕੁਝ ਹੋਇਆ ਸੀ ਸਾਰੇ ਸ਼ਹਿਰ ਜੀ। ਬਿਲਕੁਲ, ਇਹਨੂੰ ਪੂਰੀ ਦੀ ਪੂਰੀ ਤਰ੍ਹਾਂ ਜੀ ਇਹਨਾਂ ਪੋਲਿਟਿਕਸ ਵਾਲਿਆਂ ਨੇ ਇੱਕ ਵੋਟਾਂ ਦਾ ਮੁੱਦਾ ਬਣਾ ਕੇ ਨਾ ਤੇ ਇਹਨੂੰ ਯੂਜ਼ ਕੀਤਾ ਆ, ਤੇ ਇੱਕ ਇਨਸਾਫ ਦੇਣ ਦੀ ਬਹੁਤ ਜ਼ਰੂਰ ਦੀ ਗੱਲ ਹੈ ਜੀ, ਇਹਨਾਂ ਨੇ ਉਹਨਾਂ ਨੂੰ ਬੰਦਿਆਂ ਨੂੰ ਮਰਿਆ ਹੋਇਆ ਨੂੰ ਨਹੀਂ ਛੱਡਿਆ ਹੈਗਾ, ਇਹਨਾਂ ਨੇ ਦੋਹਰੀ ਤੇਰੀ ਤੇਰੀ ਵਾਰ ਉਹਨਾਂ ਉਹ ਬੰਦੇ ਮਰੇ ਆ, ਪਤਾ ਨਹੀਂ ਕਿੰਨੀ ਕਾਰੀ ਮਰੇ, ਕਿੰਨੀਆਂ ਕਸੈਟਾਂ ਬਣੀਆਂ, ਕਿੰਨੇ ਕਮਿਸ਼ਨ ਬਣੇ ਉਹਨਾਂ ਨੂੰ, ਫਿਰ ਲੱਦਿਆ ਪਲੱਦਿਆ ਗਿਆ ਹਰ ਇੱਕ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਏਦਾਂ ਬਾਅਦ ਦੇ ਵਿੱਚ ਠਾਣਿਆ, ਕਚਹਿਰੀਆਂ ਦੇ ਵਿੱਚ ਰੋਲਿਆ, ਹਾਂਜੀ। ਉਹ ਕਿੱਥੋਂ ਇਨਸਾਫ਼, ਉਹੋ ਜਿਹੀ ਕੰਟਰੀ ਦੇ ਇੱਕ ਕਹਿਣ ਨੂੰ ਜੀ ਨਹੀਂ ਨਾ ਕਰਦਾ ਵੀ ਆਪਾਂ ਆਪਣੀ ਕੰਟਰੀ ਆ ਤੇ ਆਪਾਂ ਬੜੇ ਪ੍ਰੋਬਲਮਾਂ ਕਹਿੰਦੇ ਹਾਂ, ਅਸੀਂ ਮਨਾਉਂਦੇ ਹਾਂ ਆਜ਼ਾਦੀਆਂ ਉਹਦੀਆਂ ਕੰਟਰੀ ਦੀਆਂ, ਜਿੱਥੇ ਇੱਕ ਇਨਸਾਨ ਨੂੰ ਇਨਸਾਨੀਅਤ ਤੌਰ ਤੇ ਆਪਾਂ ਗੱਲ ਕਰਦੇ ਹਾਂ ਜੀ, ਆਪਾਂ ਛੱਡ ਦਈਏ ਵੀ ਕਿਹੜੀ ਕੌਮ ਦਾ ਕੀ ਨੁਕਸਾਨ ਹੋਇਆ, ਇੱਕ ਇਨਸਾਨੀਅਤ ਤੌਰ ਤੇ ਇੱਕ ਇਨਸਾਨ ਨੂੰ ਇਨਸਾਫ਼ ਹੀ ਨਹੀਂ ਮਿਲਿਆ ਹੈਗਾ, ਜਿਹਦਾ ਪਰਿਵਾਰਾਂ ਦੇ ਪਰਿਵਾਰ ਘਰਾਂ ਦੇ ਘਰ ਜੜ ਗਏ, ਸਾਰੀਆਂ ਜ਼ਿੰਦਗੀਆਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਲੱਗ ਜਾਂਦੀਆਂ ਜੀ ਘਰ ਬਣਾਉਂਦਿਆਂ ਨੂੰ, ਹਾਂਜੀ, ਤੇ ਘਰਾਂ ਦੇ ਘਰ ਬਰਬਾਦ ਹੋ ਗਿਆ ਉੱਥੇ, ਠੀਕ ਹੈ ਜੀ, ਤੇ ਕੋਈ ਇਨਸਾਫ਼ ਨਾਂ ਦੀ ਕੋਈ ਗੱਲ ਨਹੀਂ। ਤੇ ਉਸੇ ਹੀ ਪੈਨਲ ਤੇ ਯਕੀਨ ਕਰਿਓ ਜੀ, ਉੱਥੇ ਕਿਤੇ ਇਹਨਾਂ ਨੂੰ ਕਿਤੇ ਸਜ਼ਾ ਮਿਲੀ ਹੁੰਦੀ ਪ੍ਰੋਪਰ ਬਣਦੀ, ਲੋਕਾਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਇਹ ਕੰਮ ਕੀਤੇ ਆ ਉਹਨਾਂ ਨੂੰ ਕਿਤੇ ਸਜ਼ਾ ਮਿਲੀ ਹੁੰਦੀ, ਤੇ ਮੱਤ ਮੁੜ ਕੇ ਕੋਈ ਬੇਅਦਬੀਆਂ ਹੁੰਦੀਆਂ ਤੇ ਮੱਤ ਮੁੜ ਕੇ ਹੋਰ ਕਿਸੇ ਦਾ ਨੁਕਸਾਨ ਹੁੰਦਾ ਜੀ। ਹੁਣ ਉਸੇ ਪੈਨਲ ਤੇ ਪੰਜਾਬ ਦੇ ਵਿੱਚ ਹੁਣ ਫੇਰ ਦੁਬਾਰਾ ਜਿਹੜੀਆਂ ਬੇਅਦਬੀਆਂ ਹੋਈਆਂ ਆ, ਇਹਨੂੰ ਵੀ ਇੱਕ ਚੁਣਾਵੀ ਮੁੱਦਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਲੈ ਕੇ ਇਹਨਾਂ ਨੂੰ ਵੀ ਉੱਥੋਂ ਤੱਕ ਜਾਣਾ ਆ, ਜੇ ਕੋਈ ਮਾੜੀ ਮੋਟੀ ਹਿਲਜੁਲ ਹੋਈ ਜੀ ਤੇ ਇਲੈਕਸ਼ਨ ਦੇ ਲਾਗੇ ਜਾ ਕੇ ਹੋਣੀ ਆ, ਉਹ ਵੀ ਇੱਕ ਨੌਂ ਦਿਖਾਵਾ ਕਰਨਾ ਆ, ਕਿਉਂਕਿ ਉਹਨਾਂ ਨੇ ਪੈਨਲ ਆਲਰੇਡੀ ਪਹਿਲਾਂ ਸੈੱਟ ਕੀਤੇ ਹੋਏ ਆ ਵੀ ਅਸੀਂ ਕਿੱਦਾਂ ਇਸ ਮੁੱਦਿਆਂ ਤੇ, ਇਹ ਇਹੋ ਜਿਹੇ ਸੰਜੀਦਗੀ ਮੁੱਦਿਆਂ ਤੇ ਵੀ ਏਡੀ ਤਗੜੀ ਸ਼ਾਸਤ ਹੋ ਰਹੀ ਆ, ਪਰ ਉਹਦਾ 100 ਹੱਥ ਰੱਸਾ ਸਿਰੇ ਤੇ ਗੰਢ ਆਪਣੇ ਪੰਜਾਬ ਦੀ ਕਹਾਵਤ ਆ ਜੀ ਸ਼ਰਮਾ ਸਾਹਿਬ, ਤੇ ਸਿਆਣੇ ਕਹਿੰਦੇ ਵੀ ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੋਈ ਦੋਸ਼, ਜਿਹੜੇ ਬਾਦਲ ਹੋਣ ਨੇ ਇਸ ਕਰਕੇ ਰੋਟੀਆਂ ਸੇਕੀਆਂ ਨਾ ਆਪਣੇ ਘਰ ਭਰ ਲਿਆ ਤੇ ਆਪਣੇ ਸਾਰੇ ਸਾਰੇ ਪਰਿਵਾਰ ਮਿਨਿਸਟਰੀਆਂ ਚ ਲੈ ਗਏ ਆ ਜੀ, ਇਹ ਉਹਨਾਂ ਦੀ ਬਹੁਤ ਤਗੜੀ ਕਮਜ਼ੋਰੀ ਹੋਈ ਆ, ਇੰਨੀ ਵਾਰੀ ਸਰਕਾਰ ਆਉਣ ਦੇ ਬਾਵਜੂਦ ਵੀ ਇੱਕ ਵਾਰੀ ਪੂਰੀ ਸੰਜੀਦਗੀ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਨਹੀਂ ਪਾਇਆ ਹੈਗਾ, ਜੇ ਪਾਉਂਦੇ ਸਟੈਂਡ ਕਰਦੇ ਉਸ ਚੀਜ਼ ਤੇ ਤਾਂ ਬਹੁਤ ਜਲਦੀ ਸਜ਼ਾ ਮਿਲ ਜਾਂਦੀ, ਪਰ ਕੁਛ ਨਾ ਕੁਛ ਲੋਕਾਂ ਨੂੰ ਇਨਸਾਫ਼ ਦੀ ਆਸ ਹੁੰਦੀ। ਠੀਕ ਹੈ ਭਾਈ ਸਾਹਿਬ, ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸ਼ਰਮਾ ਸਾਹਿਬ ਤੁਹਾਡਾ ਟਾਈਮ ਦੇਣ ਦਾ, ਤੇ
ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕੀਤੀ, ਦਰਸ਼ਕਾਂ ਨਾਲ ਸਾਂਝੀ ਕੀਤੀ, ਔਰ ਇਹ ਚੀਜ਼ ਹੈਗੀ ਕਿ ਇਸ ਚੀਜ਼ ਨੂੰ ਲੈ ਕੇ ਜੋ ਸਿਆਸਤ ਕੀਤੀ ਗਈ ਹੈ 34 ਸਾਲ ਤੱਕ, ਇਨਸਾਫ਼ ਨਹੀਂ ਮਿਲ ਰਿਹਾ। ਸਰਕਾਰ ਦੀ ਨੀਅਤ 'ਤੇ ਸਵਾਲ ਹੈ, ਸਰਕਾਰਾਂ ਦੀ ਨੀਅਤ 'ਤੇ ਸਵਾਲ ਹੈ, ਸੈਂਟਰਲ ਗੌਰਮੈਂਟ ਦੀ ਨੀਅਤ ਵੀ ਕਹਿ ਲਓ ਔਰ ਜਿਹੜੀ ਸੂਬੇ ਦੀਆਂ ਸਰਕਾਰਾਂ ਨੇ ਉਹਨਾਂ ਦੀ ਵੀ। ਇਹ ਸਾਰੀ ਨੀਅਤ ਦਾ ਹੀ ਖੇਲ ਸੀਗਾ ਕਿ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਔਰ ਅਜੇ ਵੀ ਉਹ ਪਰਿਵਾਰ ਜਿਹੜੇ ਨੇ ਉਹ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਨੇ 34 ਸਾਲ ਹੋਣ ਤੋਂ ਬਾਅਦ ਵੀ। ਇਸ ਬਾਰੇ ਹੋਰ ਗੱਲ ਕਰਾਂਗੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅਸੀਂ ਅੱਜ ਗੱਲ ਕਰ ਰਹੇ ਹਾਂ 1984 ਸਿੱਖ ਨਸਲਕੁਸ਼ੀ ਜੋ ਮਾਮਲਾ ਸੀ ਉਹਦਾ, ਔਰ 31 ਅਕਤੂਬਰ ਦਾ ਅੱਜ ਦਾ ਰੈਲੀਵੈਂਸ ਹੈ ਕਿ ਅੱਜ ਦੇ ਦਿਨ ਤੋਂ ਇਹ ਰਾਤੀਂ ਸ਼ਾਮ ਨੂੰ ਇਹ ਘਟਨਾਕ੍ਰਮ ਸ਼ੁਰੂ ਹੋਇਆ। 3 ਨਵੰਬਰ ਤੱਕ ਕਿੰਨੇ ਹੀ ਬੇਗੁਨਾਹ ਜਿਹੜੇ ਸਾਡੇ ਸਿੱਖ ਨੌਜਵਾਨ ਸੀ, ਸਿੱਖ ਜਿਹੜੇ ਹੋਰ ਭਾਈਚਾਰੇ ਨਾਲ ਜੁੜੇ ਸੀਗੇ, ਉਹਨਾਂ ਦੇ ਕਤਲ ਹੋਏ। ਔਰ ਲੇਕਿਨ 34 ਸਾਲ ਤੋਂ ਇਹ ਜਿਹੜਾ ਮਾਮਲਾ ਹੈ ਕੋਰਟ ਦੇ ਵਿੱਚ ਚੱਲਦਾ ਪਿਆ, ਅੱਜ ਤੱਕ ਇਨਸਾਫ਼ ਮਿਲਿਆ ਨਹੀਂ, ਔਰ ਇਹਦੇ 'ਤੇ ਲਗਾਤਾਰ ਸਿਆਸਤ ਕਿਉਂ ਹੋਈ, ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਹੈਲੋ, ਹੈਲੋ ਸ਼ਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਹਾਂਜੀ ਜਸਪਾਲ ਜੀ, ਕੀ ਹਾਲ ਹੈ ਜੀ? ਬਸ ਠੀਕ ਹੈ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਸਪਾਲ ਜੀ? ਮੈਂ ਹਰ ਰੋਜ਼ ਇੱਦਾਂ ਦੇ ਜਿਹੜੇ ਮੁੱਦੇ ਆਉਂਦੇ ਹੈਗੇ ਆ ਸਾਡੇ ਪੋਲੀਟੀਸ਼ੀਅਨ ਦੇ ਬਾਰੇ ਅਸੀਂ ਕਹਿੰਦੇ ਹਾਂ ਜੀ ਕਿ ਉਹ ਤਾਂ ਡਿਸਕਸ ਕਰਦੇ ਆ, ਪਤਾ ਸਾਰਿਆਂ ਨੂੰ ਕਿ ਦੇ ਆਰ ਨੋਟ ਸਿੰਸੀਅਰ ਟੂ ਦੀ ਪਬਲਿਕ, ਟੂ ਦੀ ਵੋਟਰਸ ਜੀ। ਉਹ ਦੇ ਆਰ ਸੈਲਫਿਸ਼ ਜੀ। ਇਨਸਾਫ਼ ਦਾ ਮੰਨ ਅਸੀਂ ਮੰਗਦੇ ਹਾਂ ਕਿ ਇਹ 84 ਦਾ ਜਿਹੜਾ ਸੀਗਾ ਉਸਦਾ ਇਨਸਾਫ਼ ਨਹੀਂ ਮਿਲਿਆ ਜੀ। ਜੀ, ਜੇ ਜਿਹੜੀ ਚੀਜ਼ ਅਸੀਂ ਮੰਗ ਕਰਨੀ ਆ ਜਾਂ ਫਾਈਟ ਕਰਕੇ ਲੈਣੀ ਆ ਜੀ, ਉਹਦੇ ਵਿੱਚ ਜਿਹੜਾ ਦੇਣ ਵਾਲਾ ਨਾ ਜੀ, ਉਹਦਾ ਵੀ ਕਸੂਰ ਹੈ, ਕਸੂਰ ਹੈਗਾ, ਪਰ ਜਿਹੜਾ ਮੰਗਣ ਵਾਲਾ ਨਾ ਜੀ, ਉਹਦਾ ਵੀ ਕਸੂਰ ਹੈਗਾ ਜੀ। ਜੀ, ਰੈਸ਼ਨਲੀ ਅਸੀਂ ਦੇਖਿਆ ਜਾਵੇ ਤੇ ਮੈਂ ਕਹਿੰਦਾ ਕਿ ਕਸੂਰ ਸਾਡਾ ਵੀ ਹੈਗਾ, ਪਬਲਿਕ ਦਾ ਜਿਹੜਾ ਅਸੀਂ ਇਨਸਾਫ਼ ਮੰਗਦੇ ਹਾਂ ਜੀ, ਤੇ ਜਿਹੜਾ ਜਿਸਲੇ ਜਿਹਨੇ ਇਨਸਾਫ਼ ਦੇਣਾ ਆ, ਅਗਰ ਉਹ ਦੇਖੇ ਕਿ ਜਿਹੜਾ ਮੰਗਣ ਵਾਲਾ ਇੰਨਾ ਸਟਰੋਂਗ ਨਹੀਂ ਹੈ, ਕਮਜ਼ੋਰ ਹੈਗਾ, ਉਹ ਟਾਲ ਮਟੋਲ ਕਰੇਗਾ ਹੀ। ਅੱਛਾ ਜੀ, ਰਾਈਟ। ਅੱਛਾ, ਇਹਦੇ ਵਿੱਚ ਮੈਂ ਇਹ ਦੇਖਦਾ ਕਿ ਜਿਹੜੀ ਰੈਸ਼ਨਲੀ ਦੇਖਿਆ ਜਾਵੇ ਜੀ, ਕਿ ਕਸੂਰ ਜਿਹੜਾ ਹੈਗਾ ਉਹ ਸਾਡਾ ਇਸ ਤਰ੍ਹਾਂ ਹੈਗਾ ਕਿ ਜਿਹੜੀ ਓਫੀਸ਼ਲ ਸਿੱਖਾਂ ਦੀ ਜਿਹਨਾਂ ਦੇ ਖਾਤਰ ਦੀ ਸਾਰੀ ਚੀਜ਼ ਹੋਈ ਆ, ਰਹਿਨਮਾ ਜਿਹੜੇ ਸੀਗੇ ਉਹ ਸੀ ਅਕਾਲੀ ਦਲ ਜੀ, ਅਕਾਲੀ ਪਾਰਟੀ ਜੀ। ਉਹ ਸਿੱਖਾਂ ਦੇ ਜਿਹੜਾ ਉਹਨਾਂ ਨੂੰ ਭੁੱਲ ਕੇ ਉਹਨਾਂ ਦੀ ਰਹਿਨਮਾਈ ਕਰਨ ਦੀ ਬਜਾਏ ਸਿਆਸਤ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮਿਲ ਗਿਆ। ਰਾਈਟ ਜੀ, ਮੇਨ ਪਾਰਟੀਆਂ ਹੁਣ ਕਾਂਗਰਸ ਤੇ ਬੀਜੇਪੀ ਮੇਨ ਇਹ ਸੀਗੀਆਂ ਕੰਮ ਜਿਹੜੀਆਂ ਨਾ ਪਾਰਟੀਆਂ। ਸੋ ਦੇ ਡੋਂਟ ਕੇਅਰ ਕਿ ਜਿਹੜਾ ਮੰਗਣ ਵਾਲਾ ਵੀਕ ਹੈਗਾ ਆ, ਤੇ ਸਾਨੂੰ ਕੀ ਜ਼ਰੂਰਤ ਹੈ ਕਿ ਅਸੀਂ ਸੁੱਖ ਦੀ ਨੀਂਦ ਸੋਨੇ ਆ। ਉਹ ਪੰਜਾਬੀ ਦੀ ਕਹਾਵਤ ਹੈ ਕਿ ਨਹੀਂ, ਉਹ ਕਿ ਗਵਾਹ ਚੁਸਤ ਤੇ ਮਦਈ ਸੁਸਤ ਜੀ। ਜੀ, ਜਿਹੜਾ ਮਦਈ ਹੈਗਾ ਉਹਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਮੰਗਣ ਦੀ, ਤੇ ਉਹਨੇ ਦੇਣਾ ਕੀ ਹੈ? ਜਿਹਨੇ ਦੇਣਾ ਉਹਨੇ ਤਾਂ ਫਿਰ ਆਰਾਮ ਦਾ ਟਾਲ ਮਟੋਲ ਕਰੀ ਜਾਣਾ ਜੀ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਨਾ ਫੋਲਟ ਹੈਗਾ ਉਹ ਸਾਡੇ 'ਚ ਵੀ ਹੈਗਾ ਕਿ ਅਸੀਂ ਲੈਜੀਟੀਮੇਟਲੀ ਜਿਹੜੀ ਜੋ ਕੁਛ ਨਿਆ ਚਾਹੀਦਾ ਸੀਗਾ ਉਹ ਮੰਗਿਆ ਨਹੀਂ। ਇਕੱਲੇ ਨਹੀਂ ਮੰਗਦੇ, ਮਤਲਬ ਜਿਹੜੀ ਓਫੀਸ਼ੀਅਲ ਜਿਹੜੀ ਸਾਡੀ ਰਹਿਨਮਾ ਜਮਾਤ ਸੀਗੀ ਜੀ, ਉਹਦੀ ਹੈਲਪ ਦੇ ਨਾਲ ਇਹ ਚੀਜ਼ ਹੋ ਸਕਦੀ ਸੀਗੀ, ਉੱਦਾਂ ਨਹੀਂ। ਠੀਕ ਹੈ ਜੀ, ਤੁਸੀਂ ਮਤਲਬ ਕਹਿ ਰਹੇ ਕਿ ਜੁਆਇੰਟ ਜਿਹੜੀ ਹੈ ਉਹ ਲੋਕਾਂ ਵੱਲੋਂ ਨਹੀਂ ਬਣੀ, ਜਿਨ੍ਹਾਂ ਦੇ ਪਰਿਵਾਰ ਵਾਲੇ ਗਏ ਉਹਨਾਂ ਦੀ ਲੜਾਈ ਬਣ ਕੇ ਰਹਿ ਗਈ, ਕਮਿਊਨਿਟੀ ਵੱਲੋਂ ਸਾਰੇ ਸਮਾਜ ਵੱਲੋਂ ਸਾਰੇ ਸਮਾਜ ਵੱਲੋਂ ਨਹੀਂ ਹੋਈ ਜੀ, ਸਮਾਜ ਵੱਲੋਂ ਹੁੰਦਾ। ਕਮਿਊਨਿਟੀ ਇੱਕਮੁੱਠ ਹੋ ਕੇ ਜੇਕਰ ਅਕਾਲੀ ਦਲ ਉਹ ਉਹਨਾਂ ਨਾਲ ਦੂਸਰੀਆਂ ਜਿਹੜੀਆਂ ਮੇਨ ਪਾਰਟੀ ਦੇ ਨਾਲ ਬਾਈਕਾਟ ਕਰਕੇ ਇੰਡੀਪੈਂਡੈਂਟਲੀ ਖੜੇ ਹੁੰਦੇ ਜੀ, ਛਾਤੀ ਦੀ ਠੋਰ ਤੇ ਕਹਿੰਦੇ ਕਿ ਸਾਨੂੰ ਇਨਸਾਫ਼ ਚਾਹੀਦਾ, ਮੈਂ ਕਹਿੰਦਾ ਸ਼ਰਤ ਨਾਲ ਤੁਹਾਨੂੰ ਇਨਸਾਫ਼ ਮਿਲਦਾ। ਠੀਕ ਹੈ ਭਾਈ ਸਾਹਿਬ, ਬਹੁਤ ਵਧੀਆ ਤੁਸੀਂ ਇਹ ਐਨਾਲਾਈਜ਼ ਕੀਤੀ ਹੈ, ਗੱਲ ਕਹੀ ਹੈ ਕਿ ਜਿਹੜੇ
ਲੈਣ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਇਨਸਾਫ਼ ਮੰਗਣਾ, ਇੱਕ ਉਹ ਗੱਲ ਵੀ ਹੈ ਕਿ ਇੱਕ ਸਮਾਜ ਦੀ ਜੱਦੋਜਹਿਦ ਕਿਉਂ ਨਹੀਂ ਬਣੀ, ਪੂਰੀ ਕਮਿਊਨਿਟੀ ਦੀ ਜੱਦੋਜਹਿਦ ਕਿਉਂ ਨਹੀਂ ਬਣੀ? ਇਹ ਸਿਰਫ ਉਹਨਾਂ ਪਰਿਵਾਰਾਂ ਦੀ ਹੀ ਲੜਾਈ ਨਹੀਂ ਸੀ ਜਿਨ੍ਹਾਂ ਦੇ ਆਪਣੇ ਉਸ ਕਤਲੇਆਮ ਦੇ ਦੌਰਾਨ, ਨਸਲਕੁਸ਼ੀ ਦੇ ਦੌਰਾਨ ਮਾਰੇ ਗਏ ਸੀ, ਸਿਰਫ ਉਹਨਾਂ ਪਰਿਵਾਰਾਂ ਦੀ ਜੰਗ ਨਹੀਂ ਸੀ, ਉਹਨਾਂ ਨੂੰ ਹੀ ਇਨਸਾਫ਼ ਨਹੀਂ ਚਾਹੀਦਾ, ਇਹ ਜੰਗ ਚਾਹੀਦਾ, ਇਹ ਸਮਾਜ, ਇਹ ਪੂਰੇ ਸਮਾਜ ਨੂੰ ਇਨਸਾਫ਼ ਚਾਹੀਦਾ ਸੀ, ਪੂਰੀ ਕਮਿਊਨਿਟੀ ਨੂੰ ਇਨਸਾਫ਼ ਚਾਹੀਦਾ ਸੀਗਾ। ਲੇਕਿਨ ਇਹ ਗੱਲ ਅਸੀਂ ਮੰਨ ਸਕਦੇ ਹਾਂ ਕਿ ਇਹ ਸਾਰੀ ਇੱਕ ਜੁਆਇੰਟ ਐਕਸਰਸਾਈਜ਼ ਨਹੀਂ ਬਣੀ, ਇਹ ਚੀਜ਼ ਹੈ, ਔਰ ਜਿਹੜੀ ਥੋੜ੍ਹੀ ਬਹੁਤ ਹੈਗੀ ਚੱਲ ਰਹੀ ਸੀ ਲੜਾਈ, ਉਹ ਬਾਕੀ ਸਿਆਸਤਦਾਨਾਂ ਨੇ ਖਰਾਬ ਕਰ ਦਿੱਤੀ। ਹੈਲੋ ਸ਼ਰਮਾ ਸਾਹਿਬ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਸਾਹਿਬ, ਮਨਿੰਦਰ ਸਿੰਘ ਬੋਲਦਾ ਇੰਗਲੈਂਡ ਤੋਂ। ਮੈਂ ਗੱਲ ਇਹ ਕਰਨਾ ਚਾਹੁੰਦਾ ਵੀ 34 ਸਾਲ ਦਾ ਮਸਲਾ ਤਾਂ ਤੁਸੀਂ ਛੇੜਿਆ ਆ, ਹਮੇਸ਼ਾ ਛੇੜਦੇ ਆ ਜੀ। ਜਿਹੜਾ ਅੱਜ ਚੱਲ ਰਿਹਾ ਜੀ, ਇਹ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਨਹੀਂ ਚਾਹੀਦਾ ਵੀ ਜਿਹਦੇ ਕੋਲ 200 ਕਿੱਲਾ ਤਾਂ ਉਹ ਜਿਹੜਾ 3 ਕਿੱਲੇ ਵਾਲਾ ਜਾਂ 4 ਕਿੱਲੇ ਉਹਦੀ ਮਦਦ ਕਰੋ। ਉਹ ਮਰਨਾ ਹੀ, ਉਹ ਮਰਨੇ ਨਾ, ਉਹ ਫਾਹੇ ਨਾ ਲੈਣ। ਤੁਸੀਂ 34 ਸਾਲ ਦਾ ਪੁਰਾਣਾ ਕੀਤਾ ਆ, 34 ਸਾਲ ਦੇ ਉਹ ਤਾਂ ਜਿਹੜੀ ਹੋ ਗਈ ਹੋ ਗਈ, ਉਹ ਤਾਂ ਰੱਬ ਦਾ ਮਾਨ ਭਾਣਾ ਮੰਨ ਲਓ ਜੀ ਜੀ। ਜਿਹੜੀ ਹੁਣ ਹੋ ਰਹੀ ਹੈ ਉਹਨੂੰ ਰੋਕੋ, ਉਹਨੂੰ ਰੋਕੂ ਕੋਈ ਮਾਈ ਦਾ ਲਾਲ? ਇੱਥੋਂ ਇੰਗਲੈਂਡ ਚੋਂ ਵੀ ਪੈਸੇ ਅਸੀਂ ਭੇਜਦੇ ਆ ਵੀ ਕਰ, ਜੇ ਕਿਸੇ ਕੋਲ ਇੰਨਾ ਪੈਸਾ ਜੀ ਮੈਂ ਇੰਨਾ ਲੈਣਾ, ਮੇਰੇ ਕੋਲ ਇੰਨੀ ਜ਼ਮੀਨ ਹੈ, ਮੈਂ ਉਹਨੂੰ ਇੰਨਾ, ਫਲਾਣੇ ਨੂੰ ਇੰਨੀ ਦੇ ਦਿੱਤੀ, ਉਹ ਕਰਕੇ ਮੈਨੂੰ ਇੰਨਾ ਮਿਲਦਾ। ਤੁਸੀਂ ਆਪਣੇ ਭਰਾਵਾਂ ਦੀ ਮਦਦ ਨਹੀਂ ਕਰ ਸਕਦੇ? ਕਿੰਨੇ ਤੁਸੀਂ ਕਰ, ਜ਼ਮੀਨ ਤੁਹਾਡੀ ਪਿੱਛੋਂ ਆਈ ਹੋ ਆ, ਤੁਹਾਡੀ ਆਪਣੀ ਮਾਂ ਦੀ ਨੀਗੀ, ਪਿੱਛੋਂ ਆਈ ਹੋ ਆ, ਤੁਰੀ ਆਉਂਦੀ ਆ, ਤੇ ਮੈਨੂੰ ਜੇ ਨਹੀਂ ਹੈਗੀ ਤਾਂ ਗਲਤ ਮੈਨੂੰ ਮਹਿਸੂਸ ਕਰ ਦਿਓ। ਠੀਕ ਹੈ ਜੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਇਨਫਲੂਐਂਸ਼ੀਅਲ ਫਾਰਮਰਸ ਨੇ ਜਾਂ ਜਿਹੜੇ ਕਮਿਊਨਿਟੀ ਆ, ਉਹਨਾਂ ਨੂੰ ਬਾਕੀ ਕਮਿਊਨਿਟੀ ਦੇ ਜਿਹੜੇ ਡਾਊਨ ਟਰੋਡਨ ਨੇ, ਜਿਹੜੇ ਜ਼ਰੂਰਤਮੰਦ ਨੇ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਰੈਲੇਵੈਂਟ ਪੁਆਇੰਟ ਆ, ਬਟ ਮੈਨੂੰ ਲੱਗਿਆ ਕਿ ਇਸ ਟੋਪਿਕ ਤੋਂ ਥੋੜ੍ਹਾ ਜਿਹਾ ਹਟ ਕੇ ਸੀਗੀ ਤੁਹਾਡੀ ਸੋਚ, ਲੇਕਿਨ ਤੁਸੀਂ ਗੱਲ ਸਹੀ ਕਹੀ ਹੈ। ਲੇਕਿਨ ਅਸੀਂ ਜਿਹੜੇ ਅੱਜ ਗੱਲ ਕਰ ਰਹੇ ਹਾਂ, ਅਸੀਂ ਇਹ ਗੱਲ 34 ਸਾਲ ਦੀ ਇਸ ਵਾਸਤੇ ਕਰ ਰਹੇ ਹਾਂ ਕਿ ਜਿਹੜਾ ਲੀਗਲੀ ਜਿਹੜੀ ਕਾਨੂੰਨੀ ਦਾਵਪੇਚ ਦੇ ਵਿੱਚ, ਜਿਹੜੀ ਕਾਨੂੰਨੀ ਅੜਿੱਕਿਆਂ ਦੇ ਵਿੱਚ ਇਹ ਗੱਲ ਫਸੀ ਹੋਈ ਹੈ, ਇਹ ਕੇਸ ਫਸਿਆ ਹੋਇਆ ਇੱਕ ਅਦਾਲਤ ਤੋਂ ਦੂਜੀ ਅਦਾਲਤ ਵਿੱਚ, ਅਸੀਂ ਇਹ ਗੱਲ ਕਰ ਰਹੇ ਹਾਂ ਜਿਹੜਾ ਸਿੱਖ ਨਸਲਕੁਸ਼ੀ ਦਾ ਮਾਮਲਾ 1984 ਦਾ ਹੈ, ਉਹਦਾ ਜਿਹੜਾ ਇਨਸਾਫ਼ ਹੈ, ਉਹ ਜਿਹੜੀ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਘਟਨਾ ਹੋ ਗਈ ਤਾਂ ਹੋ ਗਈ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। ਅਸੀਂ ਉਹਦੇ ਜਿਹੜੇ ਜ਼ਖਮ ਨੇ ਅੱਜ ਵੀ ਹਰੇ ਨੇ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਔਰ ਅੱਜ ਜਿਹੜੀ 31 ਅਕਤੂਬਰ ਦੀ ਰੈਲੇਵੈਂਸ, ਇਸ ਵਾਸਤੇ ਅਸੀਂ ਟੋਪਿਕ ਅੱਜ ਲੈ ਕੇ ਆਏ ਹਾਂ। 31 ਅਕਤੂਬਰ ਹੈ ਅੱਜ, ਠੀਕ 34 ਸਾਲ ਹੋ ਗਏ, 34 ਸਾਲ ਪਹਿਲਾਂ ਅੱਜ ਦੇ ਸ਼ਾਮ ਨੂੰ ਇਹ ਕੰਮ ਸ਼ੁਰੂ ਹੋਇਆ ਸੀ, ਜਿਹੜਾ 3 ਨਵੰਬਰ ਤੱਕ ਹੈ ਕਤਲੇਆਮ ਜਾਰੀ ਰਿਹਾ, ਔਰ ਉਸ ਨੂੰ ਲੈ ਕੇ ਜਿਹੜੀ ਸਿਆਸਤਾਂ ਹੋਈਆਂ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵਿੱਚ, ਸਾਰੀ ਸਿਆਸੀ ਪਾਰਟੀਆਂ ਨੇ ਇਹਨੂੰ ਇੱਕ ਸਿਰਫ ਚੋਣ ਦਾ ਮੁੱਦਾ ਬਣਾਇਆ, ਉਹ ਜਿਹੜੀ ਸਿਆਸਤ ਹੋਈ ਵੱਖਰੀ ਹੋਈ। ਅਸੀਂ ਲੀਗਲ ਜਿਹੜਾ ਟੈਂਗਲ ਦੇ ਵਿੱਚ ਫਸਿਆ, ਲੀਗਲ ਅੜਿੱਕਿਆਂ ਦੇ ਵਿੱਚ ਕੇਸ ਫਸਿਆ, ਵਕੀਲ ਜਿਹੜਾ ਉਲਝਾਈ ਰੱਖਿਆ ਗਿਆ, ਅਸੀਂ ਕਹਿੰਦੇ ਜੋ ਸਿਸਟਮ ਦੇ ਲੂਪ ਹੋਲਸ ਨੇ ਜਿਹੜੇ, ਉਸ ਦੀ ਵਜ੍ਹਾ ਨਾਲ 34 ਸਾਲ ਤੱਕ ਕੇਸ ਲਟਕਿਆ ਹੋਇਆ, ਔਰ ਅਜੇ ਤੱਕ ਇਨਸਾਫ਼ ਮਿਲਣ ਦੀ ਕੋਈ ਦੂਰ ਦੂਰ ਤੱਕ ਉਮੀਦ ਨਜ਼ਰ ਨਹੀਂ ਆ ਰਹੀ। ਅਸੀਂ ਬੇਸਿਕਲੀ ਇਹ ਟੋਪਿਕ ਅੱਜ ਡਿਸਕਸ ਕਰ ਰਹੇ ਹਾਂ, 34 ਸਾਲ ਤੋਂ ਬਾਅਦ ਹੁਣ ਇਨਸਾਫ਼ ਦੀ ਕੀ ਉਮੀਦ ਹੈ, ਇਨਸਾਫ਼ ਦਾ ਕੋਈ ਆਸ, ਕੋਈ ਕਿਰਨ ਦਿਖਾਈ ਦੇ ਰਹੀ ਹੈ? ਉਹ ਦੂਰ ਦੂਰ ਤੱਕ ਅਜੇ ਨਹੀਂ ਦਿਖਾਈ ਦੇ ਰਹੀ, ਲੇਕਿਨ ਅਜੇ ਵੀ ਜਾਰੀ ਹੈ। 1984 ਸਿੱਖ ਨਸਲਕੁਸ਼ੀ ਦਾ ਮਾਮਲਾ, ਜਦੋਂ ਵੀ ਚੋਣਾਂ ਆਉਂਦੀਆਂ ਨੇ ਸੈਂਟਰ ਦੇ ਵਿੱਚ, ਸੂਬੇ ਦੇ ਵਿੱਚ, ਇਸ ਮਸਲੇ ਨੂੰ ਚੁੱਕਿਆ ਜਾਂਦਾ ਹੈ। ਜਿੱਦਾਂ ਮੈਂ ਜ਼ਿਕਰ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕ ਸਭਾ ਦੀ ਚੋਣਾਂ ਜਿਹੜੀਆਂ ਸੀ 2014 ਦੀਆਂ, ਉਦੋਂ ਵੀ ਇਸ ਬਾਰੇ ਜ਼ਿਕਰ ਕੀਤਾ ਸੀ, ਤਾਂ ਉਹਨਾਂ ਨੇ ਕਿਹਾ ਸੀ ਮੈਂ ਇਹਨੂੰ ਰੀਇਨਵੈਸਟੀਗੇਟ ਕਰਾਵਾਂਗਾ, ਲੇਕਿਨ ਅਜੇ ਇਸ ਬਾਰੇ ਕੋਈ ਗੱਲ ਹੋਈ ਨਹੀਂ। ਹੈਲੋ, ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪਿੰਦਰ ਸਿੰਘ ਬੋਲਦਾ UK ਤੋਂ। ਹਾਂਜੀ ਹਰਭਜਨ ਜੀ, ਸਤਿ ਸ਼੍ਰੀ ਅਕਾਲ, ਕੀ 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 ਹਾਲ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ, ਦੋ ਲਾਈਨਾਂ ਸੁਰਜੀਤ ਪਾਤਰ ਨੇ ਇਹਦੇ ਬਾਰੇ ਕਹੀਆਂ ਹੈਗੀਆਂ ਜੀ। ਜੀ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਸੁੱਕ ਗਏ, ਠੀਕ ਜੀ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ, ਹੁਣ ਇਹ ਕਦੋਂ ਟੀਕ ਇੱਥੇ ਖੜੇ ਰਹਿਣਗੇ? ਠੀਕ ਗੱਲ ਜੀ। ਮਤਲਬ ਜੇ ਮੈਂ ਚੁੱਪ ਰਿਹਾ ਤੇ ਮੇਰੀ ਰੂਹ ਮੈਨੂੰ ਮਾਫ਼ ਨਹੀਂ ਕਰੇਗੀ ਕਦੇ। ਦੇਖੋ ਇਸ ਦੁੱਖ ਭਰੇ ਕਾਂਡ ਨੂੰ ਰੀਜ਼ਨੇਬਲ ਕਲੋਸ਼ਰ ਮਿਲਣਾ ਚਾਹੀਦਾ ਸੀਗਾ, ਹਾਂਜੀ ਜੀ ਜੀ, ਜਿਹੜਾ ਕਿ ਹਾਲੇ ਤੱਕ ਨਹੀਂ ਮਿਲਿਆ। ਹਾਂਜੀ ਜੀ, ਸ਼ਰਮੇ ਪ੍ਰੋਬਲਮ ਇਹ ਆ ਕਿ ਨਾ ਤਾਂ ਭੁਗਲ ਸਾਹਿਬ ਦੇ, ਭੁਗਲ ਸਾਹਿਬ ਨੇ ਬਿਲਕੁਲ ਸਹੀ ਕਿਹਾ, ਤੇ ਨਾ ਤਾਂ ਸਾਡੇ 'ਚ ਧਰਮ ਹੀ ਆ, ਨਾ ਮੋਰਲ ਹੀ ਆ। ਹਾਂਜੀ ਜੀ, ਔਰ ਅਸੀਂ ਰੌਲਾ ਬਹੁਤ ਪਾਉਂਦੇ ਹਾਂ ਕਿ ਅਸੀਂ ਬਹੁਤ ਧਰਮੀ ਆ, ਸਾਡਾ ਮੋਰਲ ਬਹੁਤ ਹਾਈ ਆ। ਹਾਂਜੀ ਜੀ, ਜਿਨ੍ਹਾਂ ਨੇ ਇਨਸਾਫ਼ ਦਵਾਉਣਾ ਸੀ ਉਹ ਵੀ ਸਿੰਸੀਅਰ ਨਹੀਂ ਨਿਕਲੇ, ਜਿਨ੍ਹਾਂ ਨੇ ਦੇਣਾ ਸੀ ਉਹ ਵੀ ਸਿੰਸੀਅਰ ਨਹੀਂ ਨਿਕਲੇ। ਹਰ ਇੱਕ ਨੇ ਆਪੋ ਆਪਣੀਆਂ ਰੋਟੀਆਂ ਸੇਕੀਆਂ,
ਔਰ ਜਿਹਨਾਂ ਭੈਣਾਂ ਭਰਾਵਾਂ ਦੇ ਯੂ ਨੋ ਰਿਸ਼ਤੇਦਾਰ ਚਲੇ ਗਏ, ਮਾਂ ਬਾਪ ਚਲੇ ਗਏ, ਭਰਾ ਭੈਣ ਚਲੇ ਗਏ, ਜਿਹਨਾਂ ਪਰਿਵਾਰਾਂ ਦਾ ਨੁਕਸਾਨ ਹੋਇਆ, ਉਹ ਹਾਲੇ ਵੀ ਉਸੇ ਤਰੀਕੇ ਨਾਲ ਵਿਚਾਰੇ ਤੜਫਦੇ ਨੇ। ਦੇਖੋ ਜਦ ਕਿਸੇ ਦਾ ਨਾ ਕੋਈ ਮਰ ਜਾਂਦਾ ਹੈਗਾ, ਮਾਰਤਾ ਜਾਂਦਾ, ਤੇ ਕੋਈ ਕੋਈ ਅਮਾਊਂਟ ਆਫ ਮਨੀ ਉਹਨੂੰ ਕੰਪਨਸੇਟ ਨਹੀਂ ਕਰ ਸਕਦੀ। ਤੁਸੀਂ ਭਾਵੇਂ ਲੱਖਾਂ ਕਰੋੜਾਂ ਰੁਪਇਆ ਦੇ ਰਹੇ ਹੋ, ਜਿਸ ਇਨਸਾਨ ਜਿਸ ਪਰਿਵਾਰ ਦਾ ਕੋਈ ਭੈਣ ਭਰਾ ਮਰ ਗਿਆ ਉਹਨੂੰ ਪੈਸਾ ਕੰਪਨਸੇਟ ਨਹੀਂ ਕਰ ਸਕਦਾ। ਹਾਂਜੀ, ਲੇਕਿਨ ਯੂ ਨੋ ਉਹਨਾਂ ਵਿਚਾਰਿਆਂ ਨੂੰ ਇਨਸਾਫ ਨਹੀਂ ਮਿਲਿਆ, ਇਹ ਇੱਕ ਦੁੱਖ ਦੀ ਗੱਲ ਹੈ। ਪਰ ਦੁੱਖ ਇਹ ਵੀ ਆ ਕਿ ਇਸ ਸਾਕੇ ਨੂੰ ਲੈ ਕੇ ਲੱਖਾਂ ਲੋਕੀ ਬਾਹਰਲੇ ਮੁਲਕਾਂ ਜਾ ਕੇ ਵੱਡੇ ਵੱਡੇ ਘਰਾਂ 'ਚ ਰਹਿੰਦੇ ਆ, ਵੱਡੇ ਵੱਡੇ ਬੱਚੇ ਪਲ ਗਏ, ਵੱਡੇ ਵੱਡੀਆਂ ਕਾਰਾਂ ਕੋਲ ਆ, ਯੂ ਨੋ ਯੂ ਨੋ ਉਹਨਾਂ ਭਾਣੇ ਤਾਂ ਮਤਲਬ ਕੁਛ ਨਹੀਂ ਹੋਇਆ। ਉਹ ਤਾਂ ਕਹਿੰਦੇ ਯੂ ਨੋ ਜੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਯੂ ਨੋ ਉਹ ਤਾਂ ਕਹਿੰਦੇ ਮਤਲਬ ਸਾਡੀ ਜ਼ਿੰਦਗੀ ਇਸ ਹਾਲਤ ਨਾਲ ਸਾਡੀ ਜ਼ਿੰਦਗੀ ਬਦਲ ਗਈ। ਉਹਨਾਂ ਨੇ ਰੱਤੀ ਤੱਕ ਵੀ ਨਹੀਂ ਯਾਦ ਕੀਤਾ। ਕਿਤੇ ਚੰਗਾ ਹੁੰਦਾ ਬਾਹਰਲੇ ਮੁਲਕਾਂ 'ਚ ਲੱਖਾਂ ਦੀ ਗਿਣਤੀ ਵਿੱਚ ਲੋਕੀ ਬਾਹਰ ਜਾ ਕੇ ਵੱਸ ਗਏ। ਇੱਕ ਤੁਹਾਡੇ ਟੈਲੀਵਿਜ਼ਨ 'ਤੇ ਆਣ ਕੇ ਇੱਕ ਆਦਮੀ ਕਹਿ ਰਿਹਾ ਸੀਗਾ, ਆਪਣੀ ਕਹਾਣੀ ਦੱਸ ਰਿਹਾ ਸੀ, ਨਾਲ ਇਹ ਵੀ ਬੜੇ ਸੱਚ ਬੋਲਿਆ ਕਿ ਅਸੀਂ ਇੱਥੇ ਬਹੁਤ ਖੁਸ਼ ਆ, ਹੁਣ ਬੱਚੇ ਬਹੁਤ ਖੁਸ਼ ਆ, ਚੰਗੀਆਂ ਨੌਕਰੀਆਂ ਸਭ ਕੁਛ ਆ, ਅਸੀਂ ਤਾਂ ਹੁਣ ਜਾਣਾ ਨਹੀਂ ਚਾਹੁੰਦੇ। ਇੱਕ ਇਹ ਚੀਜ਼ ਸੀਗੀ ਜੇ ਸਿੰਸੀਅਰਿਟੀ ਕਹਿੰਦੇ ਸਰ, ਸਮਾਜ ਨੂੰ ਕਮਿਊਨਿਟੀ ਨੂੰ ਵੀ ਰੱਖਣੀ ਚਾਹੀਦੀ ਸੀ, ਉਹ ਉਸ ਲੈਵਲ ਤੱਕ ਹੋਈ ਵੀ, ਲੇਕਿਨ ਇੱਕ ਜੁਆਇੰਟ ਐਕਸਰਸਾਈਜ਼ ਨਹੀਂ ਬਣ ਪਈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜੋ ਹੈ ਕਿ ਮਾਮਲਾ ਸੀਗਾ, ਜੋ ਇਸ ਬੇਗੁਨਾਹ ਮਾਰੇ ਗਏ ਉਹਨਾਂ ਦੇ ਪਰਿਵਾਰ ਵਾਲੇ, ਅੱਜ ਦੀ ਡੇਟ 'ਚ ਵੀ ਇੱਕ ਰੀਜ਼ਨੇਬਲ ਔਰ ਇੱਕ ਰਿਸਪੈਕਟੇਬਲ ਜਿਹੜਾ ਹੈ ਵਰਡਿਕਟ, ਇੱਕ ਰਿਸਪੈਕਟੇਬਲ ਫੈਸਲਾ ਔਰ ਇੱਕ ਇਨਸਾਫ ਦੀ ਉਡੀਕ ਕਰ ਰਹੇ ਨੇ। ਔਰ ਇਹ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਇਨਸਾਫ ਜਲਦੀ ਤੋਂ ਜਲਦੀ ਇਹਨਾਂ ਪਰਿਵਾਰਾਂ ਨੂੰ ਮਿਲੇ ਔਰ ਕਮਿਊਨਿਟੀ ਨੂੰ ਮਿਲੇ। ਲੇਕਿਨ ਅਜੇ ਵੀ ਇਹਦੀ ਕੋਈ ਦੂਰ ਦੂਰ ਤੱਕ ਉਮੀਦ ਦਿਖਾਈ ਨਹੀਂ ਦੇ ਰਹੀ। ਇਸ ਬਾਰੇ ਹੋਰ ਗੱਲ ਕਰਾਂਗੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਜੋ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਇਸ ਮੁੱਦੇ ਤੇ, 1984 ਵਾਲਾ ਜਿਹੜਾ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ? ਮੈਂ ਹਰਕੇ ਬੋਲਦਾ, ਯੂਕੇ ਤੋਂ, ਲੈਸਟਰ ਸ਼ਹਿਰ ਤੋਂ। ਜੀ ਜੀ, ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਕਿ ਅੱਜ ਰਾਹੁਲ ਗਾਂਧੀ ਨੂੰ ਆਪਣੀ ਦਾਦੀ ਯਾਦ ਆ ਗਈ 34 ਸਾਲ ਬਾਅਦ ਜੀ, ਤੇ ਕੀ ਉਹਨੂੰ ਉਹ ਸਿੱਖਾਂ ਦੇ ਘਰ ਨਜ਼ਰ ਨਹੀਂ ਆਏ ਜਿੱਥੋਂ ਦਿੱਲੀ 'ਚ ਕਦੀ ਨਾ ਕਦੀ ਉਹ ਸ਼ੇਰੀ 'ਚ ਲੰਘਦਾ ਵੀ ਹੋਣਾ ਕਿ ਮੇਰੀ ਦਾਦੀ ਦੇ ਘਰ ਇੱਥੇ ਕਿੰਨੇ ਹਜ਼ਾਰਾਂ ਘਰ ਬਰਬਾਦ ਹੋ ਗਏ ਸੀ? ਅਗਰ ਉਹ ਸਿੱਖਾਂ ਦੇ ਹਿੱਤ ਵਿੱਚ ਇੰਨਾ ਹੀ ਕਹਿ ਦਿੰਦਾ ਕਿ ਮੈਨੂੰ ਉਸ ਪਰਿਵਾਰਾਂ ਨਾਲ ਹਮਦਰਦੀ ਦਾ ਕੀ ਜਾਣਾ ਸੀ? ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਆ ਇਨਸਾਫ ਮੰਗ ਰਹੇ ਨਾ, ਅਗਰ ਗੌਰਮੈਂਟ ਚਾਹੁੰਦੀ ਤੇ ਅਗਰ ਉਹਨਾਂ ਨੂੰ ਸਜ਼ਾ ਦਿੰਦੀ ਨਾ ਉਮਰ ਕੈਦ ਦੀ, ਤੇ ਅੱਜ ਉਹ ਸਰੇਆਮ ਬਾਹਰ ਆਜ਼ਾਦੀ ਨਾਲ ਘੁੰਮਦੇ ਹੁੰਦੇ 16 ਸਾਲ ਕੱਟ ਕੇ। ਹੈਲੋ ਜੀ ਜੀ, ਉਹਨਾਂ ਮਤਲਬ ਇਹ ਹੈਗਾ ਵੀ ਉਹ ਹੁਣ ਜਦੋਂ ਅਗਰ ਹੁਣ ਸਜ਼ਾ ਦੇਣਗੇ ਜਿੱਦਾਂ ਸਾਡੇ ਵਕੀਲ ਸਾਹਿਬ ਬੜੀ ਕੋਸ਼ਿਸ਼ ਕਰ ਰਹੇ ਨੇ, ਹੁਣ ਸਜ਼ਾ ਮੌਤ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਤਾਂ ਹੋਣੀ ਨਹੀਂ ਚਾਹੀਦੀ ਜਿੱਦਾਂ
ਆਪਣੀ ਟੋਪੀ ਲੈ ਕੇ ਆਵੇ, ਜੋ ਆਪਣੇ ਵਿਚਾਰ ਦੇਵੇ ਤੇ ਜੋ ਵੀ ਕਿਸੇ ਨੇ ਬੋਲਣਾ ਆਪਣੀ ਭਾਸ਼ਾ ਨਾਲ ਬੋਲ ਜਾਓ। ਸਿੱਖਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੁਸੀਂ ਉਹਨਾਂ ਨੂੰ ਕੇਸੀ ਪੱਗਾਂ ਬੰਨ ਕੇ ਉਹ 2 ਮਿੰਟ ਚਲਾ ਕੇ ਪਾਸੇ ਰੱਖ ਦਿੰਦੇ, ਤੁਸੀਂ ਕਿਉਂ ਆਪਣੀ ਬੇਅਦਬੀ ਕਰਦੇ ਹੋ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੂੰ, ਇਹਨਾਂ ਮੰਤਰੀ ਨੂੰ ਪੱਗਾਂ ਬੰਨ ਕੇ ਨਾ ਅੱਗੇ ਲਿਆਓ, ਇਹਨਾਂ ਨੂੰ ਜਿਹੜੇ ਲਿਬਾਸ ਵਿੱਚ ਹੈਗੇ ਨੇ ਇਹਨਾਂ ਨੂੰ ਉਹਨਾਂ ਵਿੱਚ ਹੀ ਰਹਿਣ ਦਿਓ, ਇਹਨਾਂ ਨੂੰ ਤੁਸੀਂ ਰੱਬ ਨਾ ਬਣਾਓ। ਇੱਕ ਤਾਂ ਸਾਡਾ ਇਹਨਾਂ ਨੇ ਅੱਗੇ ਬੇੜਾ ਗਰਕ ਕਰਤਾ, ਆ ਜਿਹੜੇ ਸ਼ਿਵ ਸੈਨਾ ਵਾਲੇ ਜਾਂ ਜਿਹੜੇ ਵੀ ਚਾਹੁੰਦੇ ਨੇ ਨਾ ਕਿ ਹਿੰਦੂ ਰਾਜ ਹੋਏ, ਇਹ ਭੁਲੇਖਾ ਮੁੱਕ ਦੇਣ ਕਿ ਸੱਚੇ ਪਾਤਸ਼ਾਹ ਸਿੰਘ ਜਿਉਂ ਜਿਉਂ ਉੱਡਣਗੇ ਤਿਉਂ ਤਿਉਂ ਅੱਗੇ ਹੋਰ ਉੱਗਣਗੇ। ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਅਤੇ ਇਹ ਸਾਡੇ ਦਰਸ਼ਕ ਸੀਗੇ ਯੂਕੇ ਤੋਂ ਗੱਲ ਕਰ ਰਹੇ ਸੀਗੇ, ਅਤੇ ਅਸੀਂ ਇਹ ਜੋ ਮੁੱਦਾ ਤੁਹਾਡੇ ਨਾਲ ਗੱਲ ਡਿਸਕਸ ਕੀਤੀ ਹੈ ਉਹ ਇਹ ਹੈ ਕਿ 1984 ਦਾ ਜਿਹੜਾ ਸਿੱਖ ਨਸਲਕੁਸ਼ੀ ਦਾ ਮਸਲਾ ਸੀਗਾ, 34 ਸਾਲ ਹੋ ਗਏ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਦਾਲਤਾਂ ਦੇ ਵਿੱਚ ਇਹ ਕੇਸ ਅਜੇ ਵੀ ਜਾਰੀ ਹੈ, ਅਜੇ ਵੀ ਅਗਲੀ ਤਰੀਕ ਅਤੇ ਗਵਾਹੀ ਔਰ ਕਾਊਂਟਰ ਐਲੀਗੇਸ਼ਨਸ ਔਰ ਜਿਹੜੀ ਕ੍ਰੋਸ ਐਗਜ਼ਾਮੀਨੇਸ਼ਨ ਇਹਨਾਂ ਸਾਰੀਆਂ ਚੀਜ਼ਾਂ 'ਚ ਫਸਿਆ ਹੋਇਆ। ਥੋੜ੍ਹੇ ਦਿਨ ਦੀ ਤਾਜ਼ਾ ਖਬਰ ਇਹਦੇ ਵਿੱਚ ਹੈ ਕਿ ਇੱਕ 5 ਸਿੱਖਾਂ ਦੇ ਕਤਲ ਦਾ ਜਿਹੜਾ ਮਾਮਲਾ ਸੀ ਦਿੱਲੀ ਹਾਈਕੋਰਟ ਦਾ 28 ਅਕਤੂਬਰ ਦਾ 2 ਦਿਨ ਪਹਿਲਾਂ ਦਾ ਫੈਸਲਾ ਹੈਗਾ ਸੀਗਾ, ਉਹਨਾਂ ਨੇ ਸੁਰੱਖਿਅਤ ਰੱਖਿਆ ਹਾਈਕੋਰਟ ਨੇ, ਅਜੇ ਉਹ ਫੈਸਲਾ ਅਜੇ ਆਇਆ ਨਹੀਂ। ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਨਵਰੀ ਦੇ ਵਿੱਚ ਸੁਪਰੀਮ ਕੋਰਟ ਨੇ ਬਣਾਉਣ ਲਈ ਕਿਹਾ ਸੀਗਾ, ਜਿਹਦੇ ਵਿੱਚ ਇੱਕ ਰਿਟਾਇਰਡ IPS ਅਫਸਰ ਔਰ ਇੱਕ ਰਿਟਾਇਰਡ ਜੱਜ ਔਰ ਇੱਕ ਸਰਵਿੰਗ IPS ਅਫਸਰ ਸੀ, ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੰਮ ਤਾਂ ਕਰ ਰਹੀ ਹੈ, ਲੇਕਿਨ ਉਸ SIT ਦੀ ਜਿਹੜੀ ਕੰਮ ਦੀ ਡਿਵੈਲਪਮੈਂਟ ਕਿੱਥੋਂ ਤੱਕ ਪਹੁੰਚੀ ਹੈ ਇਸ ਦੀ ਹਾਲੇ ਕੋਈ ਜਾਣਕਾਰੀ ਨਹੀਂ, ਕਿਉਂਕਿ SIT ਨੂੰ ਕੰਮ ਦਾ ਬੋਲਿਆ ਗਿਆ ਲੇਕਿਨ ਕੋਈ ਟਾਈਮ ਬਾਉਂਡ ਕੋਈ ਐਸਾ ਉਹਨਾਂ ਨੂੰ ਟਾਰਗੇਟ ਨਹੀਂ ਦਿੱਤਾ ਗਿਆ। ਲੇਕਿਨ ਇਸ ਮਾਮਲੇ ਦੇ ਵਿੱਚ ਇੰਨਾ ਸੰਵੇਦਨਸ਼ੀਲ, ਇੰਨਾ ਸੈਂਸਿਟਿਵ ਮਾਮਲਾ ਹੈ, ਲੋਕਾਂ ਦੇ ਇਮੋਸ਼ਨਸ ਦੇ ਨਾਲ ਜੁੜਿਆ, ਇਹਦੇ ਲਈ ਬਾਰ ਬਾਰ ਇਨਕੁਆਇਰੀ ਕਮਿਸ਼ਨ ਬਿਠਾਉਣ ਨਾਲ, ਇਹਦੇ ਨਾਲ ਬਾਰ ਬਾਰ ਇਨਕੁਆਇਰੀ ਕਮੇਟੀਆਂ ਬਣਾਏ ਜਾਣ ਨਾਲ ਔਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਨੂੰ ਦੁਬਾਰਾ ਰੀਕੰਸਟੀਟਿਊਟ ਕਰਨ ਦੇ ਨਾਲ ਕੋਈ ਇਸ ਮਸਲੇ ਦਾ ਹੱਲ ਨਹੀਂ ਹੋਣਾ, ਕਿਉਂਕਿ ਹਰ ਜਿਹੜੀ ਪਾਰਟੀ ਆਉਂਦੀ ਹੈ, ਕਾਂਗਰਸ, BJP ਜਾਂ ਆਮ ਆਦਮੀ ਪਾਰਟੀ ਦਿੱਲੀ 'ਚ ਆਈ, ਉਹਨੇ ਵੀ ਇੱਕ ਨਵੀਂ SIT ਬਣਾਤੀ, ਕਿਉਂਕਿ ਜਿਹੜੀ ਵੀ ਸਪੈਸ਼ਲ ਟੀਮ ਇਨਵੈਸਟੀਗੇਸ਼ਨ ਟੀਮ ਬਣੇਗੀ ਤੁਸੀਂ ਇਹ ਮੰਨ ਕੇ ਚੱਲੋ ਆਪਣਾ ਕੰਮ ਉਹ ਸ਼ੁਰੂ ਤੋਂ ਸ਼ੁਰੂ ਕਰੇਗੀ, ਫਿਰ ਜਾ ਕੇ ਉਸੇ ਗਵਾਹ ਤੋਂ ਦੁਬਾਰਾ ਗਵਾਹੀਆਂ ਲਈਆਂ ਜਾਂਦੀਆਂ, ਉਸੇ ਜਾ ਕੇ ਉਹਨਾਂ ਦੇ ਫਿਰ ਬਿਆਨ ਦਰਜ ਕੀਤੇ ਜਾਂਦੇ ਨੇ। ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਪੁਰਾਣੀ ਕਮਿਸ਼ਨ ਬਣਾਈ ਗਈ ਸੀ, ਜਿਹੜੀ ਪੁਰਾਣੀ ਇਨਕੁਆਇਰੀ ਕਮੇਟੀ ਬਣਾਈ ਗਈ ਸੀ, ਉਹਦੀ ਜਿਹੜੀ ਰਿਪੋਰਟ ਸੀ, ਉਹਨਾਂ ਦੀ ਜੋ ਵੀ ਤਫਤੀਸ਼ ਸੀ ਉਹਨੂੰ ਖਾਰਿਜ ਕਰ ਦਿੱਤਾ ਜਾਂਦਾ, ਉਹਨੂੰ ਸਿਰੇ 'ਤੇ ਰੱਖ ਕੇ ਫਿਰ ਨਵੀਂ ਜਾਂਚ ਕਮਿਸ਼ਨ ਬਣਾਈ ਜਾਂਦੀ ਹੈ। ਇਹ ਚੀਜ਼ ਹੈਗੀ ਹੈ, ਇਸ ਚੀਜ਼ ਨੂੰ ਜਿਹੜਾ ਮਾਮਲਾ ਸੀਗਾ ਇਹਨੇ ਕਾਫੀ ਕੰਪਲੀਕੇਟ ਕਰ ਦਿੱਤਾ, ਔਰ ਜਿੱਦਾਂ ਅਸੀਂ ਜ਼ਿਕਰ ਕੀਤਾ ਕਿ ਜਿਹੜੇ ਸਾਡੇ ਲੀਗਲ ਲੂਪ ਹੋਲਸ ਨੇ, ਜਿਹੜੇ ਲੀਗਲ ਜਿਹੜੇ ਕਾਨੂੰਨੀ ਅੜਿੱਕੇ ਨੇ ਔਰ ਜਿਹੜਾ ਸਿਸਟਮ ਦੇ ਵਿੱਚ ਲੂਪ ਹੋਲਸ ਨੇ, ਉਹਦਾ ਫਾਇਦਾ ਜਿਹੜਾ ਸੀਗਾ ਇਹਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਦੋਸ਼ੀ ਸੀ ਉਹਨਾਂ ਨੂੰ ਹੁਣ ਤੱਕ ਮਿਲਦਾ ਆ ਰਿਹਾ, ਔਰ ਲੱਗਦਾ ਆਉਣ ਵਾਲੇ ਟਾਈਮ 'ਚ ਵੀ ਉਹਨਾਂ ਨੂੰ ਅੱਗੇ ਮਿਲਦਾ ਰਹੇਗਾ। ਮਾਨਯੋਗ ਅਦਾਲਤਾਂ ਇਸ ਕੇਸ ਦੀ ਸੁਣਵਾਈ ਕਰ ਰਹੀਆਂ ਨੇ, ਉਹਨਾਂ ਦੀ ਸੁਣਵਾਈ ਛੇਤੀ ਮੁਕੰਮਲ ਹੋਵੇ ਔਰ ਇਨਸਾਫ ਜਲਦੀ ਤੋਂ ਛੇਤੀ ਮਿਲੇ, ਅਸੀਂ ਇਹੀ ਅਰਦਾਸ ਕਰਦੇ ਹਾਂ। ਲੇਕਿਨ ਇਸ ਕੇਸ ਦੇ ਵਿੱਚ ਜੋ ਸਿਸਟਮ ਦਾ ਮਜ਼ਾਕ ਉਡਾਇਆ ਗਿਆ, ਜੋ ਸਿਸਟਮ ਦੇ ਲੂਪ ਹੋਲਸ ਦੀ ਵਜ੍ਹਾ ਦੇ ਨਾਲ ਇਹ ਕੇਸ ਡਿਲੇ ਹੋਇਆ, ਔਰ ਜੋ ਕਾਨੂੰਨੀ ਅੜਿੱਕਿਆਂ ਦੇ ਵਿੱਚ ਵਕੀਲ ਜਿਹੜੇ ਹੁੰਦੇ ਨੇ ਕਿਸ ਤਰ੍ਹਾਂ ਚੀਜ਼ਾਂ ਨੂੰ ਫਸਾ ਦਿੰਦੇ ਨੇ, ਇਹਦਾ ਸਭ ਤੋਂ ਮੈਂ ਕਹਿ ਸਕਦਾ ਵੱਡਾ ਉਦਾਹਰਣ ਮੰਨਿਆ ਜਾ ਸਕਦਾ ਕਿ ਸਿੱਖ ਨਸਲਕੁਸ਼ੀ ਦਾ ਮਸਲਾ ਹੋਏ, ਹਜ਼ਾਰਾਂ ਲੋਕ ਮਾਰੇ ਗਏ ਹੋਣ ਔਰ 34 ਸਾਲ ਤੱਕ ਸਰਕਾਰਾਂ, ਜਾਂਚ ਕਮਿਸ਼ਨ, ਇਨਕੁਆਇਰੀ ਕਮੇਟੀਆਂ ਔਰ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਇਹ ਹੀ ਲੱਭਦੀਆਂ ਫਿਰ ਰਹੀਆਂ ਨੇ ਕਿ ਇਹ ਕੀਤਾ ਕਿੰਨੇ ਹੈ। ਇਹ ਬੜੇ ਸ਼ਰਮਨਾਕ ਗੱਲ ਹੈ, ਬੜੀ ਹੀ ਮੰਦਭਾਗੀ ਗੱਲ ਹੈ, ਔਰ ਘੱਟ ਤੋਂ ਘੱਟ ਹੁਣ ਜਿਹੜਾ ਸਿਸਟਮ ਹੈ ਉਹਨੂੰ ਥੋੜ੍ਹਾ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਾਡੇ ਸਿੱਖ ਕਮਿਊਨਿਟੀ ਨੂੰ, ਸਿੱਖ ਭਾਈਚਾਰੇ ਨੂੰ ਇਸ 'ਤੇ ਲੈਣੀ ਚਾਹੀਦੀ ਕਿ ਇਸ ਮਸਲੇ ਨੂੰ ਲੈ ਕੇ ਜਿਹੜੀਆਂ ਸਾਡੀ ਸਿਆਸੀ ਪਾਰਟੀਆਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਨੇ, ਚੋਣਾਂ ਦੇ ਦੌਰਾਨ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਔਰ ਉਸ ਤੋਂ ਬਾਅਦ ਇਸ ਬਾਰੇ ਕੋਈ ਗੱਲ ਵੀ ਨਹੀਂ ਕਰਦਾ। ਔਰ ਮੈਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਔਰਗਨਾਈਜੇਸ਼ਨਸ ਨੇ, ਸਿੱਖ ਔਰਗਨਾਈਜੇਸ਼ਨਸ, ਉਹ ਵੀ ਜਾ ਕੇ ਸਵਾਲ ਨਹੀਂ ਪੁੱਛਦੀਆਂ ਇਹਨਾਂ ਪਾਰਟੀਆਂ ਤੋਂ ਕਿ ਭਾਅ ਜੀ ਤੁਸੀਂ ਇਹ ਪਿਛਲੀ ਵਾਰੀ ਇਹ ਵਾਅਦਾ ਕੀਤਾ ਸੀ, 4 ਸਾਲ ਹੋ ਗਏ, 5 ਸਾਲ ਹੋ ਗਏ, ਤੁਸੀਂ ਕੁਛ ਨਹੀਂ ਕੀਤਾ, ਹੁਣ ਸਾਡੇ ਕੋਲ ਵੋਟ ਮੰਗਣ ਨਾ ਆਉਣਾ। ਇਹ ਜਿਹੜਾ ਕਦਮ ਹੈ, ਇਹ ਸਾਡੇ ਜਿਹੜਾ ਔਰਗਨਾਈਜੇਸ਼ਨਸ ਨੇ ਜਿੰਨੀਆਂ ਵੀ ਮੰਗ ਕਰਦੀਆਂ ਨੇ, ਜਿਹੜਾ ਭਾਈਚਾਰਾ, ਇਹਨਾਂ ਨੂੰ ਵੀ ਇਸ ਕਦਮ ਥੋੜ੍ਹਾ ਸਖਤੀ ਦਿਖਾਉਣੀ ਪਏਗੀ, ਕਿਉਂਕਿ ਜਿਹੜੇ ਸਿਆਸਤਦਾਨ ਨੇ ਉਹ ਤਾਂ ਆਪਣਾ ਸਿਆਸੀ ਲਾਹਾ ਲੈਣ ਵਾਸਤੇ, ਆਪਣੀ ਮੌਕਾ ਪ੍ਰਸਤੀ ਲਈ, ਆਪਣੀ ਸਿਆਸੀ ਲਾਹੇਬੰਦੀ ਦੇ ਲਈ ਹਰ ਚੀਜ਼ ਨੂੰ ਇਸਤੇਮਾਲ ਕਰਦੇ ਆ ਰਹੇ ਨੇ, ਔਰ ਹਰ ਮਸਲੇ ਨੂੰ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ, ਆਪਣੇ ਲਾਹੇਬੰਦੀ ਦੇ ਹਿਸਾਬ ਨਾਲ, ਆਪਣੇ ਫਾਇਦੇ ਦੇ ਹਿਸਾਬ ਨਾਲ ਇਸਤੇਮਾਲ ਕਰਦੇ ਰਹੇ ਨੇ। ਘੱਟ ਤੋਂ ਘੱਟ ਇਸ ਮਸਲੇ ਨੂੰ ਸਿਆਸੀ ਨਹੀਂ ਬਣਾਉਣਾ ਚਾਹੀਦਾ ਸੀਗਾ, ਬੜੀ ਹੀ ਮੰਦਭਾਗੀ ਗੱਲ ਹੈ। ਔਰ ਅਸੀਂ ਅੱਜ 31 ਅਕਤੂਬਰ ਦਾ ਦਿਨ ਹੈ, 34 ਸਾਲ ਪੁਰਾਣੇ ਹੋਏ ਇਸ ਘਟਨਾਕ੍ਰਮ 'ਚ ਮਾਰੇ ਗਏ ਜਿਹੜੇ ਨੌਜਵਾਨ ਸੀਗੇ, ਸਿੱਖ ਨੌਜਵਾਨ, ਸਿੱਖਾਂ ਜਿਹੜੇ ਮਾਰੇ ਗਏ ਸੀ, ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਔਰ ਜਿਸ ਤਰ੍ਹਾਂ ਤੁਹਾਨੂੰ ਮੈਂ ਜ਼ਿਕਰ ਕੀਤਾ ਕਿ ਟਵੀਟ ਕੀਤਾ ਨਰਿੰਦਰ ਮੋਦੀ ਨੇ ਔਰ ਰਾਹੁਲ ਗਾਂਧੀ ਨੇ, ਉਹਨਾਂ ਨੇ ਇਹਨਾਂ ਦਾ ਕੋਈ ਜ਼ਿਕਰ ਵੀ ਅੱਜ ਦੇ ਡੇਟ 'ਚ ਨਹੀਂ ਕੀਤਾ, ਬੜੀ ਹੀ ਮੰਦਭਾਗੀ ਗੱਲ ਹੈ। ਇਹ ਚਰਚਾ ਸਾਡੀ ਅੱਜ ਇੱਥੇ ਹੀ ਖਤਮ ਕਰਦੇ ਹਾਂ, ਕੱਲ੍ਹ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।